ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਅੱਡਾ 24/7 'ਤੇ। ਇੱਕ ਮਿੰਟ ਦਾ ਸਮਾਂ ਤੋਂ ਥੋੜ੍ਹਾ ਜਿਹਾ ਲੇਟ ਹੋ ਗਿਆ ਜੀ ਅਸੀਂ। ਅੱਜ ਥੋੜ੍ਹਾ ਜਿਹਾ ਇਹ ਮੈਂ ਲੈਪਟਾਪ ਜਿਹਾ ਚੇਂਜ ਕੀਤਾ ਅੱਜ ਨਾ, ਤਾਂ ਥੋੜ੍ਹੀ ਜਿਹੀ ਪ੍ਰੋਬਲਮ ਜੀ ਆ ਗਈ ਹੈ ਸਟਾਰਟ ਕਰਨ ਵਿੱਚ ਕਲਾਸ। ਤਾਂ ਇੱਕ ਮਿੰਟ ਦੋ ਬਸ, ਆਹ ਖੋਲ ਲੈਂਦੇ ਹਾਂ ਆਪਣਾ ਜਨਵਰੀ ਦਾ ਚੌਥਾ ਹਫ਼ਤਾ ਆਪਣਾ, ਅਤੇ ਹੋ ਗਈ ਅੱਜ ਕਲਾਸ 24 ਜਨਵਰੀ, ਹੈ ਨਾ। ਇੱਕ ਮਿੰਟ ਦਾ ਸਮਾਂ ਦਿਓ ਮੈਨੂੰ। ਅੱਜ ਥੋੜ੍ਹਾ ਲੈਪਟਾਪ ਜਿਹਾ ਚੇਂਜ ਕੀਤਾ ਸਵੇਰੇ ਸਵੇਰੇ, ਇਹ ਥੋੜ੍ਹਾ ਕਰਨਾ ਪੈ ਗਿਆ ਨਾ ਮੈਨੂੰ, ਤਾਂ ਕਰਕੇ ਅਸੀਂ ਥੋੜ੍ਹੇ ਜਿਹੇ ਹੋ ਗਏ ਲੇਟ, ਹੈ ਨਾ। ਤਾਂ ਜੀ ਉਹਦੇ ਲਈ ਸੋਰੀ ਹੈ। ਤਾਂ ਜੀ ਬਟ ਹੁਣ ਸ਼ੁਰੂ ਕਰਦੇ ਹਾਂ ਛੇਤੀ ਛੇਤੀ, ਬਿਨਾਂ ਟਾਈਮ ਵੇਸਟ ਕੀਤੇ। ਅਤੇ ਅੱਜ ਦੀ ਕਲਾਸ ਥੋੜ੍ਹਾ ਜਿਹਾ ਸਾਰ ਲਿਓ, ਥੋੜ੍ਹਾ ਜਿਹਾ ਬਿੰਗਾ ਟੇਢਾ ਜਿਹਾ ਚੱਲੂਗਾ। ਬਿੰਗਾ ਟੇਢਾ ਤਾਂ ਨਹੀਂ ਚੱਲੂਗਾ, ਦੇਖੋ ਪੜ੍ਹਾਊਂਗਾ ਤਾਂ ਮੈਂ ਠੀਕ ਹੀ, ਬਸ ਥੋੜ੍ਹਾ ਇਹ ਤੁਸੀਂ ਦੇਖੋਗੇ ਨਾ ਮੈਨੂੰ ਥੋੜ੍ਹਾ ਟੇਢਾ ਜਿਹਾ, ਹੈ ਨਾ। ਤਾਂ ਜੀ ਕੀ ਹਾਲ ਚਾਲ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਆਹ ਦੇਖੋ ਮੈਂ ਅਦ੍ਰਿਸ਼ ਜਿਹਾ ਲੱਗ ਰਿਹਾ, ਹੈ ਨਾ। ਆਹੋ ਗੈਪ ਜਿਹਾ ਹੋਇਆ ਵਾ, ਮੈਂ ਥੋੜ੍ਹਾ ਜਿਹਾ ਪ੍ਰੋਬਲਮ ਆਊਗੀ ਥੋੜ੍ਹੀ ਜਿਹੀ ਅੱਜ, ਬਟ ਕੋਈ ਚੱਕਰ ਨਹੀਂ, ਹੈ ਨਾ। ਪੜ੍ਹਨ 'ਤੇ ਧਿਆਨ ਦੇਣਾ ਆਪਾਂ, ਇਹਦੇ ਵਿੱਚ ਗੈਪ ਗੂਪ ਵਿੱਚ ਆਪਾਂ ਜ਼ਿਆਦਾ ਧਿਆਨ ਦੇਣਾ ਹੈ ਨਹੀਂ, ਠੀਕ ਹੈ ਜੀ। ਇਹ ਮੈਂ ਸ਼ਾਮ ਤੱਕ ਇਹਨੂੰ ਠੀਕ ਕਰਵਾਊਂਗਾ। ਅੱਜ ਥੋੜ੍ਹਾ ਲੈਪਟਾਪ ਮੈਂ ਬਦਲਣਾ ਪਿਆ, ਉਹ ਪੁਰਾਣੇ ਲੈਪਟਾਪ ਕੁਝ ਪ੍ਰੋਬਲਮ ਆ ਗਈ ਸੀ, ਤਾਂ ਇਹ ਲੈਪਟਾਪ ਬਦਲਿਆ। ਇਹਦਾ ਜਿਹੜਾ ਪਿੱਛੇ ਹਰਾ ਜਿਹਾ ਪਰਦਾ ਲਾਉਂਦੇ ਹੁੰਦੇ, ਉਹਦੇ ਵਿੱਚ ਥੋੜ੍ਹੀ ਪ੍ਰੋਬਲਮ ਆਈ ਹੋਈ ਹੈ। ਇਹ ਮੈਨੂੰ ਸੈੱਟ ਕਰਨ 'ਚ ਥੋੜ੍ਹਾ ਜਿਹਾ ਟਾਈਮ ਲੱਗਣਾ, ਠੀਕ ਹੈ। ਤਾਂ ਵੈਸੇ ਠੀਕ ਹੀ ਲੱਗ ਰਿਹਾ, ਹੈ ਨਾ। ਤਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ, ਠੀਕ ਹੋ ਸਾਰੇ, ਤਕੜੇ ਹੋ, ਗੁੱਡ ਮਾਰਨਿੰਗ ਸਾਰਿਆਂ ਨੂੰ। ਸਾਡਾ ਤਾਂ ਪੈਨ ਵੀ ਨਹੀਂ ਮਿਲਦਾ ਪਿਆ, ਬਹੁਤ ਵਧੀਆ। ਹਾਂਜੀ ਤੁਸੀਂ ਮਿਸ ਇੰਡੀਆ ਬਣੇ ਹੋਏ ਹੋ, ਮੈਨੂੰ ਪਤਾ, ਹੋ ਅਦ੍ਰਿਸ਼ ਜਿਹਾ ਹੋ ਰਿਹਾ। ਹਾਂ ਮੈਨੂੰ ਪਤਾ, ਆਈ ਲੁੱਕ ਟਰਾਂਸਪੇਰੈਂਟ ਜਿਹਾ, ਥੋੜ੍ਹਾ ਜਿਹਾ ਥੋੜ੍ਹੀ ਜਿਹੀ ਪ੍ਰੋਬਲਮ ਆਊਗੀ। ਅੱਜ ਸ਼ਾਮ ਤੱਕ ਠੀਕ ਕਰ ਦੂੰਗਾ, ਨਵਾਂ ਲੈਪਟਾਪ ਲਿਆ ਨਾ, ਇਹ ਨਵਾਂ ਤਾਂ ਨਹੀਂ, ਮਤਲਬ ਚੇਂਜ ਕੀਤਾ ਲੈਪਟਾਪ ਇਹ, ਤਾਂ ਕਰਕੇ ਪ੍ਰੋਬਲਮ ਹੋ ਰਹੀ ਹੈ ਥੋੜ੍ਹੀ ਜਿਹੀ, ਠੀਕ ਹੈ ਜੀ। ਚਲੋ ਹੁਣ ਸ਼ੁਰੂ ਕਰਦਾ, ਦੇਖੋ ਟਾਈਮ ਨਹੀਂ ਵੇਸਟ ਕਰਨਾ ਆਪਾਂ, ਟਾਈਮ ਪਾਸ ਹੋ ਗਿਆ ਆਪਣਾ, ਵਧੀਆ ਤੁਹਾਡੀ ਕਮੇਟੀ ਹੋ ਗਈ ਸਵੇਰੇ ਸਵੇਰੇ, ਮਿਸ ਯੂਨੀਵਰਸ ਬਣਾਤਾ ਕਹਿੰਦਾ ਮੈਨੂੰ। ਤਾਂ ਜੀ ਸ਼ੇਅਰ ਨੂੰ ਇੱਕ ਸ਼ੇਅਰ ਨੂੰ ਇੱਕ ਵਾਰ ਸੈਸ਼ਨ ਕਰ ਦਿਓ, ਸੈਸ਼ਨ ਨੂੰ ਇੱਕ ਵਾਰੀ ਸ਼ੇਅਰ ਕਰ ਦਿਓ, ਤਾਂ ਸ਼ੁਰੂ ਕਰਦੇ ਗੱਲਾਂ ਗੁੱਲਾਂ ਮਾਰਦੇ ਰਹਾਂਗੇ, ਠੀਕ ਹੈ ਜੀ। ਇਹ ਵੀ ਬਾਅਦ 'ਚ ਗੱਲਾਂ ਕਰਾਂਗੇ। ਇਹ ਕੀ ਫੋਟੋ ਆ ਗਈ, ਹਾਂਜੀ ਹਾਂਜੀ। ਇਹ ਸੀਗਾ ਸਵਾਲ ਜਿਹੜਾ ਆਪਾਂ ਕੀਤਾ ਸੀਗਾ, ਵੀ ਓਵਰ 76,500 ਜਿਹੜੇ 76,500 ਐਗਰੀ ਨਿਊਟਰੀ ਗਾਰਡਨ ਇਸਟੈਬਲਿਸ਼ ਕੀਤੇ ਗਏ ਸੀਗੇ ਅੰਡਰ ਐਗਰੀ ਨਿਊਟਰੀ ਗਾਰਡਨ ਵੀ, ਇਹ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ, ਯਾਦ ਹੈ। ਵੀ ਉਹਨਾਂ ਨੇ ਟਾਰਗੇਟ ਦਿੱਤਾ ਸੀਗਾ 7,500 ਇਹਨਾਂ ਨੇ, ਕਹਿੰਦੇ ਉਹ ਪਾਰਕ ਜਿਹੇ ਲਿਆਉਣੇ ਇਹਨਾਂ ਨੇ, ਬਟ ਹੋ ਕਿੰਨੇ ਗਏ, ਇਟ ਵਾਜ਼ ਹੋ ਗਏ 76,500। ਤਾਂ ਇਟ ਵਾਜ਼ ਇੰਪਲੀਮੈਂਟਡ ਬਾਏ ਵਿਚ ਮਿਨਿਸਟਰੀ, ਤਾਂ ਜੀ ਇਹ ਕਿਹੜੀ ਮਿਨਿਸਟਰੀ ਤੋਂ ਹੋਏ ਸੀਗੇ। ਉਹ ਯਾਰ ਜ਼ਿਆਦਾ ਹੀ ਪਾਰਦਰਸ਼ੀ ਹੋ ਗਿਆ ਹੈ, ਚਲੋ ਇੱਕ ਮਿੰਟ ਦਿਓ ਮੈਨੂੰ ਫਿਰ, ਹੈ ਨਾ। ਕੁਛ ਨਹੀਂ ਹੁੰਦਾ, ਇੱਕ ਮਿੰਟ, ਹੈ ਨਾ, ਚਲੋ 2 ਮਿੰਟ ਦਿਓ। ਜ਼ਿਆਦਾ ਹੀ ਪਾਰਦਰਸ਼ੀ ਹੋ ਰਿਹਾ, ਸੱਚੀ ਜ਼ਿਆਦਾ ਹੀ ਪਾਰਦਰਸ਼ੀ ਹੋ ਰਿਹਾ ਕੰਮ ਤਾਂ। ਯੂਪੀਐਸਸੀ ਠੀਕ ਹੈ, ਹੁਣ ਠੀਕ ਹੈ, ਲੈ ਹੁਣ ਕੰਮ ਠੀਕ ਹੈ, ਲੈ ਹੁਣ ਆ ਗਿਆ ਲੋਟ ਕੰਮ। ਚਲੋ ਹੁਣ ਮੈਂ ਪੈਨ ਕਿਸੇ ਇੱਕ, ਹੁਣ ਠੀਕ ਹੈ ਕੰਮ ਜੀ, ਹੁਣ ਬਿਲਕੁਲ ਠੀਕ ਹੈ। ਦੇਖੋ ਅੱਜ ਤਾਂ ਤੁਹਾਡੀ ਤਾਂ ਕਮੇਟੀ ਹੋ ਗਈ ਸਵੇਰੇ ਸਵੇਰ, ਅੱਜ ਤਾਂ ਦੇਖੋ 100 ਤੋਂ ਉੱਤੇ ਬੱਚਾ ਤਾਂ ਚਾਹੀਦਾ। ਆਪਾਂ ਇਹ ਟਾਰਗੇਟ ਲੈ ਕੇ ਚੱਲਦੇ ਹਾਂ, 150 ਤੱਕ ਲੈ ਕੇ ਜਾਈਏ ਯਾਰ, ਮੰਥ ਦੇ ਐਂਡ ਤੱਕ। ਦੇਖੋ ਮਿਹਨਤ ਆਪਣਾ ਤੁਹਾਡੇ ਸਾਡੇ ਨਾਲ ਪੂਰੀ ਕਰੀ ਜਾਣਾ, ਹੈ ਨਾ। ਤੁਹਾਡੇ ਅੱਜ ਤੁਹਾਡੇ ਲਈ ਅੱਜ ਕਮੇਟੀ ਵੀ ਹੋ ਗਈ ਵਧੀਆ ਕਿ ਨਹੀਂ, ਹੋਊਗੀ ਨਾ ਕਮੇਟੀ ਅੱਜ ਇਹ ਵਾਲੀ। ਇਹ ਮੈਂ ਬਾਕੀ ਇਹ ਥੋੜ੍ਹਾ ਜਿਹਾ ਬਾਉਂਡਰੀ ਜੀ, ਯਾਰੀ ਬਾਉਂਡਰੀ ਜੀ ਮੈਂ ਮਰਜ ਕਰਵਾ ਦੂੰਗਾ, ਠੀਕ ਹੈ। ਚਲੋ ਤਾਂ ਜੀ ਓਵਰ 76,500 ਐਗਰੀ ਗਾਰਡ ਨਿਊਟਰੀ ਗਾਰਡਨ ਵੀ ਕਰਨੇ ਸੀਗੇ, ਤਾਂ ਜੀ 75,000 ਹੋ ਗਏ, 7,500 ਕਰਨੇ ਸੀਗੇ। ਤਾਂ ਜੀ ਕਿਹੜੀ ਮਿਨਿਸਟਰੀ ਇਹਨੂੰ ਉਹ ਕਰ ਰਹੀ ਹੈ? ਰੂਰਲ ਡਿਪਾਰਟਮੈਂਟ, MSME, ਕੋਆਪਰੇਸ਼ਨ ਅਤੇ ਕਲਚਰ। ਆ ਜਾਓ ਚਲੋ ਪੜ੍ਹਨ 'ਤੇ ਆ ਜਾਓ। ਦੇਖੋ ਯਾਰ ਤੁਸੀਂ ਮੈਨੂੰ ਦੇਖਣਾ ਕਿ ਪੜ੍ਹਾਈ ਕਰਨੀ ਹੈ, ਆਵਾਜ਼ ਸੁਣੋ ਮੇਰੇ, ਤਾਂ ਪੜ੍ਹਾਈ ਵੱਲ ਧਿਆਨ ਦਿਓ। ਆਂਸਰ ਹੋ ਜੂਗਾ ਇਹਦਾ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਹੋ ਜੂਗੀ। ਇਹਨਾਂ ਨੇ ਇੱਕ ਸਕੀਮ ਚਲਾਈ ਸੀਗੀ, ਦੀਨ ਦਿਆਲ ਅੰਤਯੋਦਯ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ, ਉਹਦੇ ਅੰਡਰ ਇਸ ਚਲਾਏ ਸੀ ਇਹਨਾਂ ਨੇ ਐਗਰੀ ਨਿਊਟਰੀ ਗਾਰਡਨ ਵੀਕ, ਵੀ ਜਿਹੜੇ ਰੂਰਲ ਪਰਿਵਾਰ ਨੇ ਜਿਹਨਾਂ ਕੋਲ ਕਹਿੰਦੇ ਹੋਰ ਕੋਈ ਕੰਮ ਨਹੀਂ ਹੈ, ਹੋਰ ਕੋਈ ਕੰਮ ਦਾ ਸਾਧਨ ਹੈ ਨਹੀਂ ਉਹਨਾਂ ਕੋਲ, ਪੈਸੇ ਦਾ ਸਾਧਨ ਹੈ ਨਹੀਂ, ਉਹਨਾਂ ਨੇ ਕਿਹਾ ਵੀ ਆਪਣੇ ਘਰ ਦੇ ਬਾਹਰ ਹੀ ਤੁਸੀਂ ਐਗਰੀ ਨਿਊਟਰੀ ਗਾਰਡਨ ਬਣਾ ਲਓ, ਉਹਦੇ ਵਿੱਚ ਸਬਜ਼ੀਆਂ ਫਲ ਫਰੂਟ ਲਾਓ, ਤਾਂ ਕਿ ਘੱਟੋ ਘੱਟ ਭੁੱਖ ਆਪਣੀ ਭੁੱਖ ਤੁਸੀਂ ਸੈਟਿਸਫਾਈ ਕਰ ਸਕੋ, ਆਪਣੇ ਲਈ ਤੁਸੀਂ ਫਲ ਫਰੂਟ ਲਗਾ ਸਕੋ, ਅਤੇ ਜੇ ਜ਼ਿਆਦਾ ਹੋ ਜਾਂਦੇ ਨੇ, ਜੇ ਐਕਸੈਸ ਹੋ ਜਾਂਦੇ ਨੇ, ਤਾਂ ਉਹ ਵੰਡ ਵੀ ਦਿਓ। ਇਹ ਕਿਹਾ ਸੀ ਇਹ ਐਗਰੀ ਨਿਊਟਰੀ ਗਾਰਡਨ ਵੀਕ ਵਿੱਚ। ਕਾਫੀ ਬਲਰ ਹੈ ਨਾ, ਕਰਦਾ ਮੈਂ ਅੱਜ, ਠੀਕ ਹੈ। ਹਾਂ ਇਹਦੇ ਉੱਤੇ ਹੀ ਇੱਕ ਹੋਰ ਸਵਾਲ ਹੈ, ਮੈਂ ਦੱਸਿਆ ਤੁਹਾਨੂੰ ਦੀਨ ਦਿਆਲ ਐਂਟਯੋਦਯਾ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ, ਇਹਦੇ ਅੰਡਰ ਇਹ ਜਿਹੜੀ ਸਕੀਮ ਹੈ ਐਗਰੀ ਨਿਊਟਰੀ ਗਾਰਡਨ ਦੀ, ਇਹ ਇੰਪਲੀਮੈਂਟ ਕੀਤੀ ਗਈ ਸੀ। ਤਾਂ ਮੈਨੂੰ ਇਹ ਦੱਸੋ ਵੀ ਜਿਹੜਾ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਹੈ, ਇਹ ਕਦੋਂ ਲਾਂਚ ਕੀਤਾ ਗਿਆ ਸੀ? ਇਹ ਦੇਖੋ ਸਟੈਟਿਕ ਸਵਾਲ ਆ ਗਿਆ, ਸਟੈਟਿਕ GK ਦਾ ਸਵਾਲ ਆ ਗਿਆ ਤੁਹਾਡੇ ਲਈ ਇਹ, ਅਤੇ ਇਹ ਫਸ ਸਕਦਾ, ਕਿਉਂਕਿ ਜਿੰਨੀਆਂ ਵੀ ਸਕੀਮਾਂ ਨੇ ਸਾਡੇ ਕੋਲ, ਉਜਾਲਾ ਹੋ ਗਈ, ਭਾਵੇਂ PM ਸਵਾਨ ਸਨਮਾਨ ਨਿਧੀ ਹੋ ਗਈ, ਸਵਾਨ ਨਿਧੀ ਹੋ ਗਈ, ਅਤੇ ਆਪਣਾ
जनधन होगी। यह जी स्कीमां ने एक कदे भी पेपर च पूछिया जा सकती है ना, अगले 10 साल तक भी पूछिया जाएगियां डायरेक्ट डायरेक्ट। तो यद आंसर की हो जाएगा, 11, 13, 14 या फिर 15। कोई वॉइस भी आ रही सर जी? हाँ वॉइस भी आ रही है, वॉइस का दिया है फिर डेस्कटॉप ऑडियो। हाँ जी हूँ ठीक है, वॉइस भी आ रही है था। जिथे ठीक है कहते सर, आवाज च दिक्कत आ रही है, समझ गया मैं। ये मैं लैपटॉप चेंज किया, ये कुछ प्रॉब्लम चली हुई है, पता नहीं की है यार, मैं आप नहीं समझ आ रहा है कुछ। आज तो अपन ही खेडी जावांगे मन लगता है। अज लिए एडजस्ट कर लो, बस अज लिए एडजस्ट कर लो, कल तो थोड़े लिए बिल्कुल ठीक होगा। और कुछ नहीं, बस ये लैपटॉप चेंज किया तो प्रॉब्लम आ रही है कोई, अज लिए एडजस्ट कर लो ठीक है। वाच वूच में गोली मारो, इधर ध्यान दो, यदा आंसर हो जाता जी 2011। देखो यार पता की है, ये थोड़ी बहुत ही डिस्ट्रैक्शन बिच बिच कदे कदे हो जाती है। देखो हूँ तो साड़ी क्लास बिल्कुल ठीक चलती रही, अज थोड़ी जी प्रॉब्लम आ गई, कुछ नहीं होंगे ठीक है। हाँ जी तो टेंशन ना लो, देखो ये गल्ला गुल्ला चलदियाँ रहनी है, तुम इधर ध्यान दो। दीन दयाल दयोदय अंत्योदय न्यू नेशनल रूरल लाइवलीहुड मिशन 2011 में शुरू होया सी। चलो अगले सवाल वाल चलते हैं जी। पहला ब्रिक्स की शेरपा की मीटिंग हुई 2022 में, जिड़ी कि 18-19 जनवरी में हुई थी अंडर चाइनीज चेयरशिप। इस साल की पहली शेरपा मीटिंग हुई, तो इंडिया वालों शेरपा कौन सी दसो, पीयूष गोयल, सुब्रमण्यम जयशंकर, डॉक्टर जितेंद्र सिंह या फिर संजय भट्टाचार्य, दसो। बस अज अज लिए एडजस्ट कर लो, होर नहीं कुछ कह रहा, बस इसे क्लास ली, क्योंकि वही गल नवा लैपटॉप लिया पहली बार हमने हमने लाइव किया, मैंने नहीं पता ना की प्रॉब्लम आ सकती है। याद करो जो मैं ऑफिस तो आया थी घर, उदो भी स्टार्टिंग में 1-2 दिन कुछ प्रॉब्लम आई थी, बट अज दे अज इसे क्लीयर करवा लेंगे आप, है ना। यद आंसर हो जाता जी संजय भट्टाचार्य। तो नाल पिछले साल जो G20 होया कि होया G20 होया पिछले साल इटली में होया से, वो शेरपा बने थे पीयूष गोयल, जो साडे मिनिस्टर ऑफ कॉमर्स ने। ठीक है जी, है तो लैपटॉप की आवाज है। तो ब्रिक्स की आप गल करनी सी, ब्रिक्स याद रखना अपना कदों बनया सी, ब्रिक्स बनया सी 2006 विच बनया सी ब्रिक्स, तो यदा पहला समिट होया सी 2009 विच। तो ब्रिक्स जो बनया सी ये BRICS ब्रिक्स सीगा, वो तो बाद 2010 विच बन गया कि यह ब्रिक्स बन गया। ब्रिक्स क्यों बन गया, 2010 विच साउथ अफ्रीका ने इनू ज्वाइन कर लिया सी, कोई इहदा हेडक्वार्टर नहीं है। 2006 विच कित्थे बनिया सीगा, ये यूनाइटेड नेशन की जिहड़ी जनरल असैम्बली सी, जिहड़ा 61st सैशन होया सी, जिहड़ा 61st सैशन होया सी उत्थे बनी सी। ये आपां गल ध्यान रखनी है बहुत इंपॉर्टेंट। अज तो मैं नोटिफिकेशन उही गल, नोटिफिकेशन भी भेजना भुल गया अज, उही गल ना अज मैं लाइक भी नहीं किया, मैं लंबे बच्चे ने कहा नहीं लाइक कर ली, बच्चे बस इसी काम ते मैनूं रोल गए। आवाज आ रही, आवाज नहीं आ रही, एक बार यार सेशन में लाइक तो कर दो। देखो आवाज की मैं समझ गया प्रॉब्लम आ रही है थोड़े लिए, बट कंटेंट भी देखो मेरे वालों कोई प्रॉब्लम नहीं होगी, थोड़ी तैयारी भी मेरे वालों कोई प्रॉब्लम नहीं होगी। तो जी एक बार सेशन में लाइक जरूर करना बनता है सारे का, है ना। चलो हाँ जी, ये जेडे पिछले साल जो G20 होया सी, G20 है पिछले साल G20 होया सी, ये इंडिया के अंडर होया सी, इंडिया की प्रेजिडेंटशिप सी की, तो वीडियो कॉन्फ्रेंस राही होया सी। ते अगले साल का जो 2022 मतलब इस साल का चाइना में होने जा रहा है। पिछले साल इन्होंने ब्रिक्स का जी मूवी ब्रिक्स फिल्म फेस्टिवल सीगा, वो उत्ते गल्लां कीतियां सी, जो गोवा में फेस्टिवल होया सी इंटरनेशनल फिल्म फेस्टिवल, जो गोवा में होया सी, उहदे विच ब्रिक्स वाली जी कंट्रीज की फिल्मां ने वो भी चलिया सीगियां, ठीक है जी, वो भी चलिया सी। अगले साल देखते हैं पता नहीं की होगा।
ਤੇ ਹੁਣ G20 ਬਾਰੇ ਕੁਝ ਕੁਝ ਗੱਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ। G20 ਦੀ ਫਾਰਮੇਸ਼ਨ ਵੈਸੇ ਤਾਂ ਕਹਿੰਦੇ 1999 ਵਿੱਚ ਹੋ ਗਈ ਸੀ, ਬਣਾਤਾ ਸੀ G20 ਕਹਿੰਦੇ, ਕੋਈ ਚੱਕਰ ਨਹੀਂ। ਬਟ ਜਿਹਨਾਂ ਦੇ ਇਹਦੇ ਫਾਰਮਲ ਸਮਿਟ ਹੋਣੇ ਸ਼ੁਰੂ ਹੋਏ, ਵੀ ਮੀਟਿੰਗਾਂ ਹੋਣੀ ਸ਼ੁਰੂ ਹੋਈਆਂ, ਉਹ ਹੋਈਆਂ 2008 ਤੋਂ ਬਾਅਦ। 2008 ਤੋਂ ਬਾਅਦ ਕਿਉਂ? 2008 ਵਿੱਚ ਆਇਆ ਦੁਨੀਆ ਵਿੱਚ ਬਹੁਤ ਇਹੋ ਜਿਹਾ ਇੱਕ ਸੰਕਟ ਆਇਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਦੁਨੀਆ ਵਿੱਚ 2008 ਵਿੱਚ ਆਇਆ ਬਹੁਤ ਤਕੜਾ, ਜਦੋਂ ਸ਼ੇਅਰ ਮਾਰਕੀਟ ਕ੍ਰੈਸ਼ ਹੋ ਗਈ। ਉਸ ਟਾਈਮ ਚੱਕਰ ਕੀ ਸੀ? ਕਹਿੰਦੇ ਜਿਹੜੀ G7 ਕੰਟਰੀ ਸੀ, ਕਹਿੰਦੇ G7 ਕੰਟਰੀ ਵੈਸੇ ਤਾਂ ਬਹੁਤ ਮਿਲਦੀਆਂ ਸੀਗੀਆਂ, ਬਹੁਤ ਗੱਲਾਂ ਕਰਨਾ ਹੀ ਉਹਨਾਂ ਨੇ ਇਹਨਾਂ ਦੁਨੀਆ ਬਾਰੇ ਵੀ, ਹਾਂਜੀ ਇਹ ਆਪਾਂ ਇੱਦਾਂ ਕਰ ਸਕਦੇ, ਉੱਦਾਂ ਕਰ ਸਕਦੇ ਹਾਂ, ਦੁਨੀਆ ਨੂੰ ਬਿਹਤਰ ਕਿੱਦਾਂ ਬਣਾਈਏ। ਬਟ ਜਿਹੜਾ ਸ਼ੇਅਰ ਮਾਰਕੀਟ ਵਾਲਾ ਕ੍ਰੈਸ਼ ਸੀ, ਉਹ ਵੀ ਨਹੀਂ ਦੇਖ ਸਕੇ, ਉਹ ਵੀ ਨਹੀਂ ਕਿਸੇ ਚੀਜ਼ ਸੋਚ ਸਕੇ, ਤਾਂ ਕਰਕੇ ਤੇ G20 ਵਾਲੀ ਕੰਟਰੀਆਂ ਨੇ ਇਹ ਕੀਤਾ ਸੀ ਕੰਮ। G20 ਵਾਲੀ ਕੰਟਰੀਆਂ ਨੇ ਇਹ ਚੀਜ਼ ਡਿਸਕਸ ਕੀਤੀ ਸੀ। ਤੇ ਫਿਰ 2008 ਤੋਂ ਬਾਅਦ ਮੇਨ ਚੀਜ਼ ਇਹਦਾ ਕੀ ਰਹਿ ਗਿਆ? ਮੇਨ ਚੀਜ਼ G20 ਦੇ ਰਹਿ ਗਿਆ ਕਿ ਗਲੋਬਲ ਇਕਨੋਮੀ ਤੇ ਗੱਲ ਕਰਨੀ ਹੈ, ਇਹਨਾਂ ਨੇ ਗਲੋਬਲ ਇਕਨੋਮੀ ਤੇ ਗੱਲ ਕਰਨੀ, ਇਹ ਆਪਾਂ ਗੱਲ ਧਿਆਨ ਰੱਖਣੀ ਹੈ। ਇਸ ਟਾਈਮ ਇਹਦੇ ਚੇਅਰਮੈਨ ਕੌਣ ਨੇ? ਜਿਹੜੇ ਇੰਡੋਨੇਸ਼ੀਆ ਦੇ PM ਨੇ, ਕੌਣ ਨੇ? ਪ੍ਰੈਜ਼ੀਡੈਂਟ ਨੇ, ਸੋਰੀ, ਕੌਣ ਨੇ? ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਜੋਕੋ ਵਿਡੋਡੋ, ਜੋਕੋ ਵਿਡੋਡੋ, ਠੀਕ ਹੈ ਜੀ। ਉਹ ਸੋਨੂ ਜਿੰਦਲ ਦੱਸੂਗੇ ਤੁਹਾਨੂੰ, ਸੁਪ੍ਰੀਤ ਕੌਰ, ਠੀਕ ਹੈ ਜੀ। ਦੱਸ ਦਿਓ ਇਹਨਾਂ ਨੂੰ ਯਾਰ, ਆਪਸ 'ਚ ਦੱਸ ਦਿਆ ਕਰੋ ਇੱਕ ਦੂਜੇ ਨੂੰ ਯਾਰ, ਮੈਥੋਂ ਐਂ ਨਾ ਵਿੱਚ ਨਾ ਪੁੱਛਿਆ ਕਰੋ, ਠੀਕ ਹੈ ਜੀ। ਜੋਕੋ ਵਿਡੋਡੋ, ਅਤੇ ਤੁਹਾਨੂੰ ਦੱਸ ਦਈਏ ਜਿਹੜਾ ਇੰਡੋਨੇਸ਼ੀਆ ਦੀ ਪਹਿਲਾਂ ਰਾਜਧਾਨੀ ਵੈਸੇ ਤਾਂ ਜਕਾਰਤਾ ਤੁਹਾਨੂੰ ਪਤਾ, ਬਟ ਬਹੁਤ ਹੀ ਛੇਤੀ ਚੇਂਜ ਹੋਣ ਜਾ ਰਹੀ ਹੈ। ਕਿਹੜੀ ਚੇਂਜ ਹੋਣ ਵਾਲੀ ਹੈ? ਉਹ ਬਣਨ ਜਾ ਰਹੀ ਹੈ ਨੂਸਾਂਤਰਾ, ਉਹ ਬਣਨ ਜਾ ਰਹੀ ਹੈ ਨੂਸਾਂਤਰਾ, ਜਿਹੜੀ ਕਿ ਕਿਹੜੇ ਆਈਲੈਂਡ 'ਤੇ? ਜਿਹੜੀ ਹੈ ਬੋਰਨੀਓ ਆਈਲੈਂਡ 'ਤੇ। ਕਿਹੜੇ ਆਈਲੈਂਡ 'ਤੇ? ਬੋਰਨੀਓ ਆਈਲੈਂਡ 'ਤੇ। ਕਿੱਥੇ? ਈਸਟ ਕਲੀਮੰਟਨ ਵਿੱਚ, ਈਸਟ ਕਲੀਮੰਟਨ ਵਿੱਚ। ਇਹ ਜਕਾਰਤਾ ਰਾਜਧਾਨੀ ਸ਼ਿਫਟ ਕਿਉਂ ਕਰ ਰਿਹਾ? ਕਹਿੰਦੇ ਇੱਕ ਤਾਂ ਉੱਥੇ ਭੀੜ ਬਹੁਤ ਹੋ ਗਈ, ਕੰਜੈਸ਼ਨ ਬਹੁਤ ਜ਼ਿਆਦਾ ਹੋ ਗਈ ਹੈ, ਅਤੇ ਦੂਜੀ ਗੱਲ ਕਹਿੰਦੇ ਉਹ ਪਾਣੀ 'ਚ ਡੁੱਬ ਰਹੀ ਹੈ, ਕਿਉਂਕਿ ਦੇਖੋ ਕਲਾਈਮੇਟ ਚੇਂਜ ਹੋ ਰਿਹਾ, ਆਈਸ ਕੈਪ ਜਿਹੜੇ ਗਲੇਸ਼ੀਅਰ ਨੇ ਉਹ ਪਿਘਲ ਰਹੇ ਨੇ ਅਤੇ ਪਾਣੀ ਦਾ ਲੈਵਲ ਵੱਧ ਰਿਹਾ, ਤਾਂ ਕਰਕੇ ਇਹ ਜਿਹੜੀ ਆਪਣੀ ਰਾਜਧਾਨੀ ਹੈ ਜਕਾਰਤਾ ਤੋਂ ਨੂਸਾਂਤਰਾ, ਕਹਿੰਦੇ ਅਪਰੋਕਸੀਮੇਟਲੀ 2000 ਕਿਲੋਮੀਟਰ ਦੂਰ ਹੈ ਉਹ, 2000 ਕਿਲੋਮੀਟਰ ਦੂਰ ਹੈ, ਇਹ ਗੱਲ ਆਪਾਂ ਧਿਆਨ ਰੱਖਾਂਗੇ, ਠੀਕ ਹੈ। ਚਲੋ ਤਾਂ ਜੀ, ਜਿਹੜੀ G20 ਕੰਟਰੀਜ਼ ਨੇ ਉਹ ਇਹ ਹੈ, ਜਿੱਦਾਂ 20 ਕੰਟਰੀਆਂ ਨੇ ਨਾ, ਹੈ ਨਾ, ਕਹਿੰਦੇ 20 ਕੰਟਰੀਆਂ ਨੇ, ਨਹੀਂ 19 ਕੰਟਰੀਜ਼ ਨੇ ਪਲੱਸ ਯੂਰੋਪੀਅਨ ਯੂਨੀਅਨ ਹੈ। ਆਹ ਦੇਖੋ, ਆਸਟ੍ਰੇਲੀਆ, ਕੈਨੇਡਾ, ਸਾਊਦੀ ਅਰਬ, ਇਹ ਹੈ। ਇੰਡੀਆ ਦਾ ਗਰੁੱਪ ਯਾਦ ਰੱਖਣਾ ਸੀ ਬਸ, ਇੰਡੀਆ ਦਾ ਗਰੁੱਪ ਕਿਹੜਾ ਹੋ ਗਿਆ? ਇੰਡੀਆ, ਰਸ਼ੀਆ, ਸਾਊਥ ਅਫਰੀਕਾ ਅਤੇ ਟਰਕੀ, ਮਤਲਬ ਕਿ ਦੇਖੋ ਬ੍ਰਿਕਸ ਵਾਲੇ ਇਹਦਾ ਗਰੁੱਪ ਆ ਗਿਆ, ਮਤਲਬ ਕੱਲਾ ਬ੍ਰਾਜ਼ੀਲ ਅਤੇ ਚਾਈਨਾ ਨਹੀਂ ਹੈ ਇਹਨਾਂ ਨਾਲ, ਠੀਕ ਹੈ, ਬ੍ਰਾਜ਼ੀਲ ਅੱਡਾ ਹੈ, ਚਾਈਨਾ ਇੱਥੇ ਹੈ ਬਸ, ਇੰਡੀਆ, ਰਸ਼ੀਆ, ਸਾਊਥ ਅਫਰੀਕਾ ਅਤੇ ਟਰਕੀ। ਗਰੁੱਪ 3 ਵਿੱਚ ਅਰਜਨਟੀਨਾ, ਬ੍ਰਾਜ਼ੀਲ, ਮੈਕਸੀਕੋ ਅਤੇ ਚੌਥਾ ਹੋ ਜਾਂਦਾ ਯੂਰੋਪੀਅਨ ਯੂਨੀਅਨ। ਇਹ ਨੇ ਜਿਹੜੇ 20 ਕੰਟਰੀ ਇੱਥੇ ਪਾਰਟ ਲੈਂਦੇ, ਜਿਹਨੂੰ ਆਪਾਂ 20 ਕੰਟਰੀਜ਼ ਕਹਿੰਦੇ ਨੇ ਨਾ, ਇਹ 20 ਨੇ ਉਹ, ਠੀਕ ਹੈ। ਇਹ ਆਪਾਂ ਧਿਆਨ ਰੱਖਣਾ, ਇੰਡੀਆ ਦਾ ਗਰੁੱਪ ਕਿਹੜਾ? 2 ਗਰੁੱਪ ਹੈ, ਗਰੁੱਪ ਸੈਕਿੰਡ ਹੀ ਹੈ ਇੰਡੀਆ ਦਾ, ਅਤੇ ਇੰਡੀਆ, ਰਸ਼ੀਆ, ਸਾਊਥ ਅਫਰੀਕਾ ਅਤੇ ਟਰਕੀ ਹੈ, ਇਹ ਆਪਾਂ ਗੱਲ ਧਿਆਨ ਰੱਖਾਂਗੇ, ਠੀਕ ਹੈ ਜੀ। ਚਲੋ ਤਾਂ ਜੀ, ਜਿਹੜਾ ਆਪਣੀ ਬ੍ਰਿਕਸ ਦੀ ਮੀਟਿੰਗ ਹੋਈ ਹੈ ਪਿਛਲੇ ਸਾਲ ਦੀ ਮੀਟਿੰਗ, 16th ਮੀਟਿੰਗ ਸੀਗੀ ਬ੍ਰਿਕਸ ਦੀ, ਇਹ ਬ੍ਰਿਕਸ ਹੈ, ਇਹ ਬ੍ਰਿਕਸ ਦੀ ਜਿਹੜੀ 16th ਮੀਟਿੰਗ, 16ਵੀਂ ਮੀਟਿੰਗ ਹੋਈ ਉਹ ਇਟਲੀ ਵਿੱਚ ਹੋਈ ਸੀ, ਜਿਹੜੀ ਇਸ ਸਾਲ ਹੋਣੀ ਆ ਉਹ ਇੰਡੋਨੇਸ਼ੀਆ ਵਿੱਚ ਹੋਊਗੀ। ਅਗਲੇ ਸਾਲ ਵਾਲੀ ਇੰਡੀਆ ਕੋਲ ਆ ਚੁੱਕੀ ਹੈ ਪਹਿਲਾਂ ਹੀ, ਅਤੇ ਉਸ ਤੋਂ ਅਗਲੇ ਸਾਲ ਵਾਲੀ ਬ੍ਰਾਜ਼ੀਲ ਕੋਲ ਆ ਚੁੱਕੀ ਹੈ। ਤਾਂ ਜੀ, ਇਹ ਵੀ ਆਪਾਂ ਧਿਆਨ ਰੱਖਾਂਗੇ, ਸਾਰੀਆਂ ਇੰਪੋਰਟੈਂਟ ਨੇ। G20 ਹੋ ਗਿਆ, ਬ੍ਰਿਕਸ ਹੋ ਗਿਆ, ਓਲੰਪਿਕਸ ਹੋ ਗਿਆ। ਇਹ ਤੁਹਾਨੂੰ ਮੈਂ ਕਿਉਂ ਦਿਖਾ ਦਿੰਦਾ, ਇਹ ਟੇਬਲ ਜਿਹਾ ਕਿਉਂ ਬਣਾਉਣ ਲੱਗ ਗਿਆ, ਇਹ ਟੇਬਲ ਮੈਂ ਤੁਹਾਨੂੰ ਹਰ ਇਹੋ ਜਿਹਾ ਕੁਐਸਚਨ ਕਰਾਉਣ ਤੋਂ ਬਾਅਦ ਕਿਉਂ ਕਰਾਉਣਾ? ਕਿਉਂਕਿ ਜ਼ਰੂਰੀ ਹੈ। ਅੱਜ ਤੁਸੀਂ ਕਹੋਗੇ ਸਰ, ਅੱਜ ਤੁਸੀਂ ਕਰੰਟ ਅਫੇਅਰ ਦੇ ਰਿਵੀਜ਼ਨ ਵਿੱਚ ਹੀ ਟਾਈਮ ਲਾ ਰਹੇ ਹੋ। ਹਾਂਜੀ, ਕਿਉਂਕਿ ਕੁਝ ਗੱਲਾਂ ਸੀਗੀਆਂ ਜਿਹੜੀਆਂ ਰਹਿ ਜਾਂਦੀਆਂ, ਮੈਂ ਨਹੀਂ ਚਾਹੁੰਦਾ ਕੁਛ ਵੀ ਰਹੇ, ਹੈ ਨਾ। ਬਾਕੀ ਉਹਨਾਂ ਨੂੰ ਕਹਿਣਾ ਦੱਸ ਭੁੱਲ ਗਿਆ ਬੱਚਿਆਂ ਨੂੰ, ਪਹਿਲਾਂ ਆਪਾਂ ਅੱਜ ਕਰ ਕੀ ਰਹੇ ਹਾਂ? ਅਜੇ ਆਪਾਂ ਕਰਾਂ, ਜਿਹੜਾ ਆਪਾਂ ਸ਼ਨੀਵਾਰ ਨੂੰ ਕਰੰਟ ਅਫੇਅਰ ਕੀਤੇ ਸੀ, ਹਜੇ ਪਹਿਲਾਂ ਉਹਨਾਂ ਦੀ ਆਪਾਂ ਰਿਵੀਜ਼ਨ ਕਰ ਰਹੇ ਹਾਂ, ਅਤੇ ਫਿਰ ਆਪਾਂ ਅੱਜ ਦੇ 24 ਜਨਵਰੀ ਦੇ ਆਪਾਂ ਸ਼ੁਰੂ ਕਰਾਂਗੇ। ਹਜੇ 22 ਜਨਵਰੀ ਦੇ ਕਰੰਟ ਅਫੇਅਰ ਦੀ ਰਿਵੀਜ਼ਨ ਚੱਲ ਰਹੀ ਹੈ, ਉਹ ਤੋਂ ਬਾਅਦ 24 ਜਨਵਰੀ ਦੇ ਕਰੰਟ ਅਫੇਅਰ ਦੇ ਸ਼ੁਰੂ ਹੋਊਗੇ, ਹੈ ਨਾ। ਆਪਾਂ ਇੱਦਾਂ ਹੀ ਕਰਦੇ ਹੁੰਦੇ, ਅੱਜ ਕਰਾਏ, ਅਗਲੇ ਦਿਨ ਰਿਵੀਜ਼ਨ, ਫਿਰ ਕਰਾਏ, ਫਿਰ ਰਿਵੀਜ਼ਨ, ਅਤੇ ਫਿਰ ਵੀਕਲੀ ਕਰੰਟ ਅਫੇਅਰ। ਹਲਦਾ ਫੈਸਟੀਵਲ ਵਾਸ ਸੈਲੀਬ੍ਰੇਟਡ ਇਨ ਦ ਲਾਹੌਲ ਸਪੀਤੀ ਵੈਲੀ ਇਨ ਹਿਮਾਚਲ ਪ੍ਰਦੇਸ਼, ਬਿਲਕੁਲ ਠੀਕ ਹੈ। ਤਾਂ ਜੀ, ਵੇਅਰ ਵਾਸ ਦ 9th ਆਈਸ ਹਾਕੀ ਵੁਮੈਨ ਚੈਂਪੀਅਨਸ਼ਿਪ ਲਾਂਚ ਰੀਸੈਂਟਲੀ ਇਨ ਹਿਮਾਚਲ ਪ੍ਰਦੇਸ਼? ਤਾਂ ਜੀ, ਕਿੱਥੇ ਰੀਸੈਂਟਲੀ ਜਿਹੜੀ 9ਵੀਂ ਆਈਸ ਹਾਕੀ ਵੁਮੈਨ ਚੈਂਪੀਅਨਸ਼ਿਪ ਰੀਸੈਂਟਲੀ ਲਾਂਚ ਕੀਤੀ ਗਈ? ਸ਼ਿਮਲਾ, ਕਾਜ਼ਾ, ਕਿਨੌਰ ਜਾਂ ਫਿਰ ਡਲਹੌਜ਼ੀ? ਸ਼ਿਮਲਾ, ਕਾਜ਼ਾ, ਕਿਨੌਰ ਜਾਂ ਫਿਰ ਡਲਹੌਜ਼ੀ, ਦੱਸੋ। ਸ਼ਿਮਲਾ, ਹੱਦ ਹੋ ਗਈ, ਨਹੀਂ, ਇੱਦਾਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਆਪਾਂ ਬਹੁਤ ਧਿਆਨ ਨਾਲ ਕੀਤੀ। ਕਾਜ਼ਾ ਵਿੱਚ ਹੈ, ਕਾਜ਼ਾ ਕਿੱਥੇ ਪੈਂਦਾ? ਕਾਜ਼ਾ ਵੀ ਸਪੀਤੀ ਵਿੱਚ ਹੀ ਪੈਂਦਾ ਹੈ, ਐਂ ਨਾ ਕਰੋ, ਇਹ ਗੱਲਾਂ ਨਾ, ਇਹ ਨਾ ਕਰੋ, ਇਹ ਤੁਹਾਨੂੰ ਕਰਾਇਆ ਹੋਇਆ ਸਵਾਲ ਇਹ। ਹਾਂ ਬਿਲਕੁਲ ਠੀਕ, ਇਹ ਦੇਖੋ ਸ਼ਿਮਲਾ ਵਾਲੇ ਵੀ ਆ ਰਹੇ ਹਾਂ, ਸ਼ਿਮਲਾ ਨਹੀਂ ਹੈ ਆਂਸਰ ਇਹਦਾ, ਸ਼ਿਮਲਾ ਨਹੀਂ ਹੈ ਆਂਸਰ ਇਹਦਾ। ਲਾਹੌਲ ਸਪੀਤੀ ਵਿੱਚ ਹਲਦਾ ਫੈਸਟੀਵਲ ਸੈਲੀਬ੍ਰੇਟ ਹੁੰਦਾ, ਹਿਮਾਚਲ ਪ੍ਰਦੇਸ਼ ਵਿੱਚ ਹੁੰਦਾ, CM ਨੇ ਜੈਰਾਮ ਠਾਕੁਰ, ਅਤੇ ਗਵਰਨਰ ਜਾਂਦੇ ਨੇ ਰਾਜਿੰਦਰ ਵਿਸ਼ਵਨਾਥ ਅਰਲੇਕਰ।
इन्हों का बहुत एक इंटरेस्टिंग चीज़ है, इन्हों का जो स्टेट एनिमल है वह हो जाता है स्नो लैपर्ड। की हो जाता है? स्नो लैपर्ड। तो इंपॉर्टेंट क्यों है? क्योंकि ये लद्दाख का भी स्टेट एनिमल है। किहड़ा? स्नो लैपर्ड। दोनों का स्नो लैपर्ड स्टेट एनिमल हो जाता है। ठीक है। हाँ जी, एक जिन्हों आवाज़ की प्रॉब्लम आ रही है, हाँ जी, तो मैं तुम दोबारे दस दिना एक बार, क्योंकि देखो अच्छा लैपटॉप चेंज किया, पहली बार लाइव क्लास चलाई है, ये मैंने नहीं पता कि कुछ प्रॉब्लम आ सकती है, बट इस क्लास तो बाद नाल दी नाल मैं चेक करा लूँगा। तो जी अज लई सॉरी, बस है ना, ये अज लई बस थोड़ा जा वो कर लो, बट देखो कंटेंट भी थोड़ा कोई भी प्रॉब्लम नहीं आऊगी, कंटेंट थोड़ा टॉप नॉच ही रहेगा जिदा का होंदा है। ठीक है जी। चलो तो जी, चाइना ने बना रहे हैं आर्टिफिशियल मून टू टेस्ट लूनर एक्सप्लोरेशन इक्विपमेंट ऑन अर्थ। आप पिछली बार गल की भी जो मून का उही आप एटमोसफेयर बना जा रहे, चाइना वाले बना जा रहे हैं भी इतने ही जी उधर इंस्ट्रूमेंट वगैरह यूज करने वो इतने ही टेस्ट कर लिए। तो जी वट इज़ द ग्रेविटेशनल पुल ऑफ मून एज कंपेयर टू अर्थ। तो जी जी मून की ग्रेविटेशनल पुल है वो अर्थ के मुकाबले किन्नी है? हाफ है, वन थर्ड है, वन फोर्थ है, या फिर वन सिक्स है? चलो नहीं, आवाज मैंने पता, आवाज की वैसे प्रॉब्लम नहीं है, पिछले बैकग्राउंड में जी नॉइज चली है वो बारे गल कर रहा मैं। तो जी ए आंसर बिल्कुल ठीक है, वन सिक्स हो जाता है। वन सिक्स होंगी है जी मून की ग्रेविटेशनल पुल होंगी है एज कंपेयर टू अर्थ। ठीक है। तो जी ये ध्यान रखना किन्ना है, ये मिनी मून बना रहे हैं, मेजरिंग 60 सेंटीमीटर अबाउट 2 फिट इन डायमीटर एट इट्स हर्ट, बट छोटा जहा ही है वो, किन्ना पिस इतने आ देखो 2 फिट है सिर्फ, ज़्यादा बड़ा नहीं बना रहे होते, अभी छोटे उत्ते ही ट्राई कर रहे हैं। ठीक है जी। तो एक बार यार सैशन में शेयर करी चलो, है ना, शेयर जरूर कर दो सैशन में यार। आप वही गल, आप 100+ तो देखो मिनिमम, आप मिनिमम आप कहने हैं, इन्ना आप कर सकते हैं, इन्ना तो इन्ना भी नहीं कर सकते, इन्ना तो आप कर ही सकते हैं। देखो इन्ना तो माड़ा आप पढ़ाते भी नहीं, है ना, देखो कंटेंट थोड़ा सब तो पहला मिलता, सब तो टॉप नॉच मिलता है ना। चलो इन्ना कर दिया करो। तो जी कितने बने ये ध्यान रखना है, इंजीनियर फ्रॉम चाइना यूनिवर्सिटी ऑफ माइनिंग एंड टेक्नोलॉजी, ए वाली यूनिवर्सिटी तो बने, कितने पैंती है? जुजाओ इन जियांगसू प्रोविंस। ये आप पिछली बार डिटेल में कर चुके हैं। ठीक है। ए बारी बस मैं थोनों ये दसना सी कि यूनिवर्सिटी है, तो इधर लिखा। ठीक है जी। चलो अगला सवाल एक होर कहता जी, चाइना ने आर्टिफिशियल सन बनाता, वह ना है ईस्ट एक्सपैरिमेंटल डैश सुपर कंडक्टिंग टोकोमाक। बताओ इतने, दसो इतने क्या आता? ये मैं एक बार पहला भी सवाल कराया से, मैं दोबारे क्यों करा रहा, क्योंकि अजक न्यूज़ में बहुत ज़्यादा है जो आर्टिफिशियल सन हो गया, आर्टिफिशियल मून हो गया, तो पेपर भी आने देखो बहुत ज़्यादा प्रोबेबिलिटी है, तो मैं दोबारे करा रहा। दसो यदि फुल फॉर्म की है, एक्सपैरिमेंटल ऑगमेंटेड सुपर कंडक्टिंग टोकोमैक, एक्सपैरिमेंटल एडवांस, एक्सपैरिमेंटल अरेंज, या फिर एक्सपैरिमेंटेड ऑटोमैटिक? दसो। हाँ जी, सत श्रीकाल सर, मैं बस कहना भुल गया ना, सत श्रीकाल, गुड मॉर्निंग, जय जय श्री राम, राधे राधे, हर हर महादेव, है ना। तो जी बिल्कुल यदा आंसर हो जाता है एडवांस। बहुत बढ़िया, ध्यान रखना एक्सपैरिमेंटल एडवांस सुपर कंडक्टिंग टोकोमाक। जिहड़ा अगला सवाल है वह भी ये तो ही रिलेटेड है। अगला सवाल की बनता है, कहिंदे चाइना ने जो आर्टिफिशियल सन बनाया वह नाम रखा ईस्ट। तो जी कि कंट्री होर है जिन्हें ट्राई किया अपना आर्टिफिशियल सन बना? क्यों? क्योंकि खबरों से कि आप देखते होंगे ज्यादा, आप खबर देखते होंगे ज्यादा चाइना को। हुण दसो कि होर कंट्री है जिन्हें अपना आर्टिफिशियल चन सन सूरज बनाने की ट्राई की है? USA, नॉर्थ कोरिया, साउथ कोरिया, फिर रशिया? दसो। USA, नॉर्थ कोरिया, साउथ कोरिया, या फिर रशिया? कमाती गेम है, रशिया वाले भी आ गए, नॉर्थ कोरिया वाले भी आ गए, वेरी गुड, USA वाले भी आ गए। मैंने पता ही, देखो बच्चे ने गलत करना ही है, ये वही गलत कर रहे हैं जिन्होंने देखो सैटरडे दे करंट अफेयर नहीं लाए। तो जी एक बार सारे रिक्वेस्ट है, आप देखो कुछ चलाई हुई जी चीज़ चलाई ना करंट अफेयर, आप करते कि जिदा अब मंडे को करंट अफेयर कराया ना, मंडे को करंट अफेयर आप पहले ट्यूजडे को रिवाइज करा पहला, फिर ट्यूजडे वाले आप वैडे दिन पहला रिवाइज करा, फिर उस दिन वाले शुरू करा। फायदा यदा ता ही जो तुम कंटिन्यूटी में क्लास चलाओ, तो फिर एंड में वीकली जो थोड़ा टेस्ट होंगे एक तरह 50-60 सवाल होंगे वो अटैम्प्ट करो। हूँ सैटरडे मैं दसिया कि क्लीयरली भी साउथ कोरिया में होया, फिर भी देखा गलत किया कई ने क्वेश्चन। अजी आ देखो साउथ कोरिया का की ना के स्टार है, कोरिया सुपर कंडक्टिंग टोकामाक एडवांस रिसर्च, ए ना है दा कोरिया सुपर कंडक्टिंग टोकामाक एडवांस रिसर्च रिएक्टर। ए भी 2020 की गल ही है, तो 100 मिलियन डिग्री सैलसीयस तक चलिया 20 सैकेंड तक। ये गलत ध्यान रखने, देखो गलतियां ना करो, थोड़े ना रिक्वेस्ट ही कर रहा मैं, देखो मैंने तो की है पेपर तुम्हें देना मैं नहीं देना, फिर भी थोड़े लिए थोड़ी भलाई ली मैं, मैनू पता क्योंकि बच्चों फायदे होए हैं, मैंने बच्चों ने फीडबैक दिता कि सर सानू फायदा हो रहा क्लासा लाने का, कमेंटा भी बच्चों ने दसिया होया, मैंने बहुत वधिया लगता पड़ गया। ठीक भी है जो तुम कंटिन्यूटी तुम कर रहे हो, होंदा ही है। चलो
जी, दिलीप संघानी नेम्ड एज न्यू चेयरमैन ऑफ इफको विद डैश एज इट्स एमडी एंड सीईओ। तां जी दिलीप संघानी नूं नवां चेयरमैन बनाया गया इफको दा, तां इहदे एमडी सीईओ कौन ने? सानूं ना असीं तां इह तां पढ़ लिया सी ना, रशिया भी कोई प्रोजेक्ट कर रही चाइना नाल। हाँ जी, लूनर एक्सप्लोरेशन प्रोजेक्ट, लूनर एक्सप्लोरेशन। तां जी दिलीप संघानी नूं बनाता चेयरमैन इफको दा, बिल्कुल ठीक है। इंडियन फार्मर फर्टिलाइजेशन कोऑपरेटिव लिमिटेड है ना। हुण इहदे एमडी सीईओ कौन ने? हुण सब तों टॉप दी पोस्ट आदे को एमडी सीईओ हुंदी है, ये दसो हूँ की है। पिछले सवाल आप की थी बट ये नहीं की थी, मैं सोचा तुसी आप पढ़ोगे। ये जिन्हें बी किया ना आंसर, बहुत गलत है, बी वाला आंसर तो बहुत गलत है, क्योंकि ये आप कर चुके हैं चीज़ा, मैं पता। ये मैं थोड़ा की दसिया आप करना किदा, आप एलीमिनेशन भी करना होंगे। हूँ देखो, जिन्हें रोज क्लास वाले पता हो जाऊगा मनोज पांडे नहीं है, क्यों ये बने ने आर्मी के नवे वाइस चीफ, है ना, वाइस चीफ बने ने नवे। इतिरा डेविस नहीं हो जाता, यह बने ने उज्जीवन स्मॉल फाइनेंस बैंक के, की बने ने उज्जीवन स्मॉल फाइनेंस बैंक के बने ने एमडी सीईओ। अमिताभ बिहार कौन ने? ऑक्सफैम इंडिया के सीईओ ने। यार हूँ एक ना बचा यूएस अवस्थी, यही होगा ना आंसर। तो मेरा मकसद यही है बच्चों ने यही करना, तो बहुत ने मोस्टली ने, देखो मैं कहूँगा 70% आंसर मेरे को सही है, बट मैं चाहना भी जो 30% ये भी गलत ना हो, 100% जो अपने को आंसर सही आना चाहिए। ठीक है जी, ये ध्यान रखो यार, यूएस अवस्थी आप देखो एलीमिनेट करना सीखना। मैंने पता, मान लो थोड़े को सवाल आ गया योजा, थोड़ा पता ही नहीं आंसर की है, एलीमिनेट करो। आर्मी चीफ है, यह तो बन ही नहीं सकता। उज्जीवन स्मॉल फाइनेंस एम डी सीओ, यह कि बन गया? ऑक्सफैम इंडिया सीओ, यह कि बन गया? बचा एक ऑब्वियस जी गल, यही होगा। थोड़ा तो हजे नन ऑफ द अबव मैं दिता ही नहीं, थोड़े को जो नन ऑफ द अबव नहीं है तो चुपचाप टिक करके अगे तुरो कि नहीं। चलो ये बारे एक दो गल्लां ध्यान रख लियो। आ देखो, दिलीप संघानी यूएस अवस्थी, तो नवी दिल्ली एयरपोर्ट है, मेयर एयरपोर्ट कह रहा मैं, हैडक्वार्टर है। तो मेन चीज की बन जाती है, फाउंड कदों होया सी? 1967 विच, 1967 विच ये फाउंड होया सी। तो जिहड़े नवे जुड़े ने एक बार देखो सैशन में लाइक कर दो, अज लई थोड़ा जिहा एडजस्ट कर लो, जिहड़ी पिछे जिहड़ी बैकग्राउंड नॉइज चली हुई है, मैं अज एक्चुअली लैपटॉप चेंज किया, तुसीं देख भी रहे होंगे मेरा माहौल जिहा, नहीं तो वधिया चमकदा हुंदा ना बूथा मेरा, तां अज थोड़ी जी प्रॉब्लम आ रही है जिहड़ी बैकग्राउंड नॉइज है, लैपटॉप चेंज किया, तां जी बस अज लई कर लो, शाम वाली क्लास तां बिल्कुल ठीक हो जाऊगा, कल तुहानूं टॉप नॉच मिलेगा। बट देखो कंटेंट विच कोई प्रॉब्लम नहीं मिलेगी तुहानूं, तां एक बार सैशन लाइक जरूर कर दो ते शेयर जरूर कर दो यार, है ना। चलो तां जी, ऑक्सफोर्ड यूनिवर्सिटी प्रेस ने डिक्लेयर किया एंग्जाइटी एज चिल्ड्रनस वर्ड ऑफ द ईयर 2021। तां जी ऑक्सफोर्ड यूनिवर्सिटी की जी प्रेस है उन्हें डिक्लेयर किया एंग्जाइटी नू चिल्ड्रन वर्ड ऑफ द ईयर 2021। तां जी ऑक्सफोर्ड यूनिवर्सिटी ने वर्ड ऑफ द ईयर की रखा सी, एंग्जाइटी की है चिल्ड्रन वर्ड ऑफ द ईयर। तां जी वर्ड ऑफ द ईयर केड़ा सी? एलीशिप वैक्स परसीवरेंस या फिर वैक्सीन? एलीशिप वैक्स परसीवरेंस या फिर वैक्सीन, दसो। सुनो नहीं पै रही है पिछे ना, पता नहीं लाइटा भी बहुत जलाई होंगी, पता नहीं चक्कर की है यार, कोई ना करदा मैं तो हिल, टेंशन ना लो, बिल्कुल ठीक आंसर आ जाता वैक्स। तो बाकी भी ध्यान रखने, एलीशिप कि वर्ड है dictionary.com, तो परसीवरेंस कि है कैम्ब्रिज का, वैक्सीन कि मरियम वेबस्टर का, यह सारे वर्ड ऑफ द ईयर 2021 ने, यह ध्यान रखना है dictionary.com का, ऑक्सफोर्ड का, कैम्ब्रिज का, मरियम वेबस्टर का। ठीक है जी, चलो एंगजाइटी तो अलावा यह भी पूछ सकते थोड़े तो भी एंगजाइटी फर्स्ट से आई थी, सैकंड नंबर से कहड़ा आई थी एंगजाइटी, फिर दूजे से चैलेंजिंग सी, बस ए दो याद रखने आप, एंगजाइटी तो चैलेंजिंग, बाकी पकाई आप नहीं करनी। ठीक है जी, चलिए जी, चलो तो जी, जानवी डंगेटी बिकेम फर्स्ट इंडियन टू कंप्लीट प्रेस्टीजियस नासा प्रोग्राम। आप गल की कैनेडी स्पेस सेंटर में गई थी, हैडक्वार्टर नासा का पै जाता वाशिंगटन डीसी। तो जी जानवी डंगेटी है कितों बिलोंग करती है? कुड़ी मध्य प्रदेश तो, उत्तर प्रदेश तो, आंध्र प्रदेश तो, या फिर तेलंगाना तो, दसो। एक बार सारे ने गुजारिश, एक बार सैशन लाइक कर दो, एक बार सैशन शेयर कर दिया करो, तो जेडे जेडे नवे आ रहे हैं उन्होंने कुछ प्रॉब्लम आ रही है, मैं बार बार मैंने ताही कहना पै रहा है, क्योंकि मैंने पता बच्चे बदते हैं एकदम गिरी जा रहे हैं, क्योंकि वही देख रहे हैं कि ये तो वधिया देखण च नहीं वधिया लग रहा, तो पढ़िए किदां। तो जी अज लई सॉरी है, क्योंकि लैपटॉप देखो चेंज किया, देखो कुछ नवी चीज़ करते हैं बदलते, थोड़ी जी सैटिंग सुटिंग करने से प्रॉब टाइम लगता। देखो मैं भी मशीन तो है नहीं, ऐ तो है नहीं भी पिछों ही ये जो स्टूडियो स्टाडियो लग के आते हैं, आ पिछे हरा पर्दा जहा लाया हुआ, थोड़ा जहाँ मिलाने ना थोड़ा जहा टाइम लगेगा मैं। तो जी कल की क्लास थोड़ी बिल्कुल टॉप नॉच होगी, जिदा पहला होंगी होंगी सी, बस अज लई सार लो। तो यह आंसर हो जाता जी आंध्र प्रदेश। ठीक है जी, आंध्र प्रदेश हो जाऊगा आंसर यदा। तो यही आप गल की कैनेडी स्पेस सेंटर इन एलाबामा विच गई थी, तो पहली कुड़ी है जी ने केड़ा प्रोग्राम पूरा किया? इंटरनेशनल एयर एंड स्पेस प्रोग्राम। ठीक है जी, चलो ये है जी नासा, आप गल कर ली वाशिंगटन डीसी, ये प्रधान का नाम है बिल नैलसन, लिखा कितने? हाँ ये लिखा हुआ बिल नैलसन, ये प्रधान का नाम बन जाता है।
ਤੇ ਫਾਊਂਡ ਹੋਈ ਸੀ ਇਹ 1958 ਚ ਕਦੋਂ ਹੋਈ ਸੀ ਫਾਊਂਡ 1958 ਚ ਹਾਂ ਮੈਨੂੰ ਪਤਾ ਜਿਵੇਂ ਪੁਰਾਣੇ ਟੀਵੀ ਵਾਲੇ ਉਹੀ ਕੰਮ ਚੱਲ ਰਿਹਾ ਅੱਜ ਬਟ ਚਲੋ ਯਾਰ ਅੱਜ ਲਈ ਸਾਰ ਲਓ ਦੇਖੋ ਮੈਂ ਤਾਂ ਕਹਿ ਨਹੀਂ ਰਿਹਾ ਜ਼ਿਆਦਾ ਸਿਰਫ ਅੱਜ ਲਈ ਕਿਉਂਕਿ ਸਿਸਟਮ ਚੇਂਜ ਕੀਤਾ ਸਿਸਟਮ ਵਿੱਚ ਥੋੜ੍ਹੀ ਜਿਹੀ ਟਾਈਮ ਲੱਗੂਗਾ ਸੈਟਿੰਗ ਕਰਾਉਣ ਵਿੱਚ ਕੱਲ੍ਹ ਸੰਡੇ ਸੀ ਕੱਲ੍ਹ ਦੇਖੋ ਕੰਮ ਕਰਦਾ ਨਹੀਂ ਕੋਈ ਵੀ ਤਾਂ ਮੈਨੂੰ ਤਾਂ ਜਿੱਦਾਂ ਆਪਣੇ ਹਿਸਾਬ ਨਾਲ ਆਇਆ ਮੈਨੂੰ ਲੱਗਿਆ ਸ਼ਾਇਦ ਹੋ ਗਿਆ ਹੋਊਗਾ ਬਟ ਬਣੀ ਨਹੀਂ ਗੱਲ ਹੈ ਨਾ ਚਲੋ देखो बाकी तुसी पढ़ाई वाल ध्यान दो देखो थोड़ा कंटेंट विच इन्नी जी भी प्रॉब्लम नहीं आओगी इतनी सी भी जे मैं कहूँ ये वाला सवाल देखो खुश हो जाओगे तुसी देख के चंचल कुमार नु बनाया गया नवा एमडी ऑफ NHIDCL नेशनल हाईवे एंड इंफ्रास्ट्रक्चर डेवलपमेंट कारपोरेशन ठीक है हुण ये दसो भी विच इज इंडिया लोंगेस्ट नैशनल हाईवे ये दसो हुण देख रहे सवाल देखो तुसी दसो NH 144/7 या फिर कोई भी नहीं ये देखो सवाल देखो तुसी अगे दे फॉलोअप देखो किन्ने घेंट सवाल आ रहे हैं बहुत बढ़िया सवाल बनाया मैं तो आप खुश हो गया मैं इतना घेंट सवाल बनाता तो जी ए आंसर हो जाता है NH 44 NH 44 हो जाता है ये तो पहला जो NH 7 सब तो लोंगेस्ट हाईवे NH 7 का ही रीनेम करके इन्होंने NH 44 करता सी ते फिर बाकी गल्लां की होंगी NH 44 कहते ए की है बड़ा है किड्डा बड़ा है हुण देखो बड़ा किन्ना है ਇਹ ਚੱਲਦਾ ਹੈ ਸ਼੍ਰੀਨਗਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਵਿਦ ਅ ਟੋਟਲ ਆਫ 3745 ਕਿਲੋਮੀਟਰ 3745 ਕਿਲੋਮੀਟਰ ਇਹ ਨੈਸ਼ਨਲ ਹਾਈਵੇ ਇਹ ਲੋਂਗੈਸਟ ਨੈਸ਼ਨਲ ਹਾਈਵੇ ਬਣ ਜਾਂਦਾ ਇੰਡੀਆ ਦਾ ਇਹਨੂੰ ਬਣਿਆ ਸੀ ਦੇਖੋ 1, 2, 3, 75 ਅਤੇ 26 ਨੂੰ ਮਿਲਾ ਕੇ ਬਣਿਆ ਸੀ ਅਤੇ ਇਹ ਤੋਂ ਪਹਿਲਾਂ ਨਾਂ ਇਹਦਾ NH 7 ਸੀਗਾ ਅਤੇ ਹੁਣ ਰੀਸੈਂਟਲੀ ਇਹਦਾ ਨਾਂ ਰੀਨੇਮ ਕਰਕੇ ਇਹਨੂੰ NH 4 ਕਰਤਾ ਗਿਆ ਇਹ ਗੱਲ ਧਿਆਨ ਰੱਖਿਓ ਲੋਂਗੈਸਟ ਨੈਸ਼ਨਲ ਹਾਈਵੇ ਬਣ ਜਾਂਦਾ NH 4 ਮਿਨਿਸਟਰ ਕੌਣ ਨੇ ਨਿਤਿਨ ਗਡਕਰੀ ਨੇ ਅਤੇ 3745 ਕਿਲੋਮੀਟਰ ਸ਼੍ਰੀਨਗਰ ਤੋਂ ਲੈ ਕੇ ਕੰਨਿਆਕੁਮਾਰੀ ਜਿਹੜਾ ਇੱਦਾਂ ਪੂਰਾ ਪੂਰੇ ਇੰਡੀਆ ਵੱਲ ਨੂੰ ਇੱਦਾਂ ਜਾਂਦਾ ਹੁੰਦਾ ਇੱਕ ਇੱਕ ਨੈਸ਼ਨਲ ਹਾਈਵੇ ਕਰਤਾ ਹੁਣ ਇਹਨਾਂ ਨੇ ਐਡ ਕਰਤਾ ਪਹਿਲਾਂ ਅੱਡ 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 ਹੁੰਦੇ ਸੀ ਠੀਕ ਹੈ ਜੀ ਹਾਂਜੀ ਗੁਰਸੇਵਕ ਸਿੰਘ ਅਤੇ ਆਪਾਂ ਗੱਲ ਕਰਦੇ ਹੁੰਦੇ NH 1 ਦੀ NH 1 ਕੀ ਹੈ ਸ਼ੇਰ ਸ਼ਾਹ ਸੂਰੀ ਮਾਰ ਕਹਿੰਦੇ ਉਹਨੂੰ ਗ੍ਰੈਂਡ ਟਰੰਕ ਰੋਡ ਤਾਂ ਜੀ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਪੜ੍ਹਨਾ ਜ਼ਰੂਰੀ ਸੀ ਕਿਉਂਕਿ ਦੇਖੋ ਸਵਾਲ ਦੇਖੋ ਮੇਰਾ ਮਕਸਦ ਇਹੀ ਹੁੰਦਾ ਵੀ ਉਹਦੇ 'ਚ ਜਿਹੜਾ ਵੀ ਰਿਲੇਟਿਡ ਸਵਾਲ ਹੈ ਨਾ ਆਪਾਂ ਨਾਲ ਦੀ ਨਾਲ ਕਰਾਉਂਦੇ ਜਾਈਏ ਤਾਂ ਆਹ ਦੇਖੋ ਜੀ ਗ੍ਰੈਂਡ ਟਰੰਕ ਰੋਡ ਫਾਰਮਰਲੀ ਨੋਨ ਐਜ਼ ਉੱਤਰ ਪਥ ਸੜਕ ਏ ਆਜ਼ਮ ਬਾਦਸ਼ਾਹੀ ਸੜਕ ਸੜਕ ਏ ਸ਼ੇਰ ਸ਼ਾਹ ਇਹ ਏਸ਼ੀਆ ਦੀ ਕਿਤੇ ਇੰਡੀਆ ਦੀ ਨਹੀਂ ਏਸ਼ੀਆ ਦੀ ਸਭ ਤੋਂ ਪੁਰਾਣੀ ਸੜਕ ਹੈ ਏਸ਼ੀਆ ਓਲਡੈਸਟ 2500 ਸਾਲ ਪੁਰਾਣੀ ਸੈਂਟਰਲ ਏਸ਼ੀਆ ਨੂੰ ਲਿੰਕ ਕਰਦੀ ਹੈ ਇੰਡੀਆ ਤੋਂ ਦੇਖੋ 2400 ਕਿਲੋਮੀਟਰ ਕਿੰਨਾ ਚੱਲਦੀ ਹੈ ਬਾਂਗਲਾਦੇਸ਼ ਤੋਂ ਲੈ ਕੇ ਵੈਸਟ ਆਫ ਬਾਂਗਲਾਦੇਸ਼ ਔਨ ਦਾ ਬਾਰਡਰ ਵਿਦ ਮਿਆਂਮਾਰ ਇੱਥੇ ਬਾਂਗਲਾਦੇਸ਼ ਤੋਂ ਚੱਲੀ ਹੈ ਟੂ ਕਾਬੁਲ ਅਫਗਾਨਿਸਤਾਨ ਇੱਧਰ ਅਫਗਾਨਿਸਤਾਨ ਆ ਗਈ ਹੈ ਪਾਸਿੰਗ ਥਰੂ ਚਿੱਟਾਗੋਂਗ ਵਿੱਚ ਚਿੱਟਾਗੋਂਗ ਤੋਂ ਬਾਂਗਲਾਦੇਸ਼ ਵਿੱਚ ਆ ਗਿਆ ਐਂਡ ਢਾਕਾ ਇਨ ਬਾਂਗਲਾਦੇਸ਼ ਕਲਕੱਤਾ ਆ ਗਿਆ ਅਲਾਹਾਬਾਦ ਆ ਗਿਆ ਦਿੱਲੀ ਆ ਗਿਆ ਅੰਮ੍ਰਿਤਸਰ ਆ ਗਿਆ ਲਾਹੌਰ ਰਾਵਲਪਿੰਡੀ ਪੇਸ਼ਾਵਰ ਅਫਗਾਨਿਸਤਾਨ ਇਹ ਵਿੱਚ ਪੈ ਗਿਆ ਪਾਕਿਸਤਾਨ ਇਹ ਵਿੱਚ ਪੈ ਗਿਆ ਇੰਡੀਆ ਆਹ ਦੇਖੋ ਇਹ ਸੀਗਾ ਜਿਹੜਾ ਪੂਰਾ ਸ਼ੇਰ ਸ਼ਾਹ ਸੂਰੀ ਮਾਰਗ ਸੀ ਨਾ ਜਿਹਨੂੰ ਆਪਾਂ ਕਹਿੰਦੇ ਗ੍ਰੈਂਡ ਟਰੰਕ ਰੋਡ ਜਿਹਨੂੰ ਕਿਹਾ ਜਾਂਦਾ ਉਹ ਹੈ ਇਹ ਠੀਕ ਹੈ ਜੀ ਤਾਂ ਜੀ ਇਹ ਧਿਆਨ ਰੱਖਾਂਗੇ ਆਪਾਂ ਹੁਣ ਸਭ ਤੋਂ ਲੋਂਗੈਸਟ ਬਣ ਚੁੱਕਾ ਹੈ NH 44 3745 ਕਿਲੋਮੀਟਰ ਲੌਂਗ ਠੀਕ ਹੈ ਅਤੇ GT ਰੋਡ ਸਭ ਤੋਂ ਵੱਡੀ ਹੈ ਇਹ ਇਹ ਕਿੰਨੀ ਜਾਂਦੀ ਹੈ 2400 ਕਿਲੋਮੀਟਰ ਹੈ ਸ਼ੇਰ ਸ਼ਾਹ ਸੂਰੀ ਨੇ ਬਣਵਾਈ ਸੀ ਅਤੇ ਜੀ ਜਿਹਨੂੰ ਅੱਜ ਲਈ ਫਿਰ ਦੁਬਾਰਾ ਦੱਸ ਦਿੰਦਾ ਮੈਂ ਇੱਕ ਵਾਰ ਦੇਖੋ ਜੀ ਇਹ ਸਿਸਟਮ ਚੇਂਜ ਕੀਤਾ ਤਾਂ ਥੋੜ੍ਹਾ ਜਿਹਾ ਪਿੱਛੇ ਮੇਰੇ ਬੈਕਗਰਾਊਂਡ ਦਾ ਤਾਂ ਜਿਹੜੇ ਬੈਕਗਰਾਊਂਡ 'ਚ ਜਿਹੜੀ ਨੋਇਸ ਸੁਣ ਰਹੇ ਹੋ ਸਿਸਟਮ ਕਰਕੇ ਆ ਚੇਂਜ ਕੀਤਾ ਮੈਂ ਲੈਪਟਾਪ ਤਾਂ ਜੀ ਉਹਨਾਂ ਨੂੰ ਥੋੜ੍ਹਾ ਜੀ ਸੋਰੀ ਸਿਰਫ ਅੱਜ ਲਈ ਐਡਜਸਟ ਕਰ ਲਓ ਕੱਲ੍ਹ ਤੁਹਾਡੇ ਕੋਲ ਇਹ ਵੀ ਸਭ ਕੁਝ ਵਧੀਆ ਮਿਲੂਗਾ ਬਾਕੀ ਕੰਟੈਂਟ ਵਿੱਚ ਦੇਖੋ ਤੁਹਾਨੂੰ ਕੋਈ ਕਮੀ ਨਹੀਂ ਮਿਲੂਗੀ ਕੰਟੈਂਟ 'ਤੇ ਫੋਕਸ ਕਰੋ ਮੇਰੀ ਆਵਾਜ਼ 'ਤੇ ਫੋਕਸ ਕਰੋ ਬਹੁਤ ਵਧੀਆ ਕੰਟੈਂਟ ਬਣਾਇਆ ਹੋਇਆ ਤਾਂ ਮੈਂ ਆਪ ਵੀ ਆਪਣੇ ਆਪ 'ਤੇ ਵੀ ਖੁਸ਼ ਸੀਗਾ ਵੈਸੇ ਕਿ ਬਹੁਤ ਵਧੀਆ ਕੰਟੈਂਟ ਬਣਾਉਂਦਾ ਠੀਕ ਹੈ ਜੀ ਤਾਂ ਅੱਜ ਲਈ ਸੋਰੀ ਥੋੜ੍ਹਾ ਜਿਹਾ ਅਤੇ ਜਿਹੜੇ ਨਵੇਂ ਜੁੜੇ ਨੇ ਇੱਕ ਵਾਰ ਸੈਸ਼ਨ ਨੂੰ ਦੇਖੋ ਲਾਈਕ ਜ਼ਰੂਰ ਕਰ ਦਿਓ ਜੇ ਵਧੀਆ ਲੱਗ ਰਿਹਾ ਹੋਵੇ ਕੰਟੈਂਟ ਵਧੀਆ ਪੜ੍ਹਾ ਰਿਹਾ ਹੋਵੇ ਅਤੇ ਹੋ ਸਕਦਾ ਜੇ ਕਿਤੇ ਤਾਂ ਸ਼ੇਅਰ ਵੀ ਕਰ ਦਿਓ ਨਾਲ ਨਾਲ ਠੀਕ ਹੈ ਜੀ ਚਲੋ ਫਿਰ ਆਪਾਂ ਅੱਗੇ ਵੱਧਦੇ ਹਾਂ ਇਹ ਆਪਾਂ ਕਰ ਹੀ ਲਿਆ ਬਣ ਚੁੱਕੇ ਨੇ ਇਹ ਸਾਨੂੰ ਕੁਛ ਨਹੀਂ ਪੜ੍ਹਨ ਦੀ ਲੋੜ ਹਾਂਜੀ ਵਰਲਡ ਦਾ ਓਲਡੈਸਟ ਲਿਵਿੰਗ ਮੈਨ ਸੈਂਚੁਰੀਨੋ ਡਿਲਾ ਫੁਐਂਟੇ ਇਹਨਾਂ ਦਾ ਦੇਹਾਂਤ ਹੋ ਗਿਆ 112 ਸਾਲ ਦੀ ਉਮਰ ਠੀਕ ਹੈ ਜੀ ਤਾਂ ਜੀ ਵਰਲਡ ਓਲਡੈਸਟ ਪਰਸਨ ਕਨਾਏ ਤਨਾਕ ਇਜ਼ ਫਰੋਮ ਇਹ ਕਿੱਥੋਂ ਨੇ ਇਹ 119 ਸਾਲਾਂ ਦੀ ਹੈ ਹੁਣੇ ਹੁਣੇ ਕਹਿੰਦੇ ਜਨਵਰੀ 2 ਨੂੰ ਇਹਨਾਂ ਦਾ ਹੈਪੀ ਬਰਥਡੇ ਸੀਗਾ ਤਾਂ ਜੀ ਦੱਸੋ ਇਹ ਕਨਾਏ ਤਨਾਕ ਹੈ ਜਿਹੜਾ ਨਾਏ ਤਨਾਕ ਜੋ ਵੀ ਕਹੋਗੇ ਇਹ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਆ ਸਾਊਥ ਕੋਰੀਆ ਹਾਂਗਕਾਂਗ ਨਾਰਥ ਕੋਰੀਆ ਜਾਂ ਫਿਰ ਜਪਾਨ ਹਾਂਜੀ 100+ ਤਾਂ ਹੋ ਗਏ ਬਿਲਕੁਲ ਮੈਂ ਦੇਖ ਲਿਆ ਬਟ ਲਾਈਕ ਵੀ ਕਰ ਦਿਓ ਯਾਰ 100+ ਮੈਂ ਉਹੀ ਗੱਲ ਮੈਂ ਕੀ ਕਿਹਾ ਸੀ ਮੈਂ ਕਿਹਾ ਯਾਰ 117 ਆਪਾਂ 119 ਆਪਾਂ ਲਾਈਵ ਬੈਠੇ ਹਾਂ 119 ਮੈਂ ਉੱਥੇ ਲੈ ਕੇ 119 ਇੱਥੇ ਲਾਈਵ ਹੋ ਗਏ ਵਾਹ ਯਾਰ ਕਮਾਲ ਦੀ ਗੱਲ ਹੈ ਨਾ ਲਾਈਕ ਵੀ ਕਰ ਦਿਓ ਸੈਸ਼ਨ ਇਹਦਾ ਆਂਸਰ ਹੋ ਜਾਂਦਾ ਹੈ ਜਪਾਨ ਜਿਹੜੇ ਸੈਂਚੁਰੀਨੋ ਡਿਲਾ ਫੁਐਂਟੇ ਤੇ ਲਿਵਿੰਗ ਮੈਨ ਸੀਗੇ ਇਹ ਸੀਗੇ ਸਪੇਨ ਤੋਂ ਹੈ ਨਾ ਚੱਲ ਇਹ ਰਹੀ ਭੈਣ ਜੀ
ਕਿਨਾਇਤ ਨਾਕ ਜਪਾਨ ਤੋਂ। ਤਾਂ ਜੀ ਪਿਛਲੀ ਵਾਰੀ ਆਪਾਂ ਇਹ ਅਵਾਰਡ ਕੀਤੇ ਸੀ ਅਤੇ ਇਸ ਵਾਰੀ ਹੋਰ ਕੁਛ ਅਵਾਰਡ ਆ ਚੁੱਕੇ ਨੇ। ਇੱਕ ਵਾਰ ਪਿਛਲੀ ਵਾਰ ਦੀ ਮੈਂ ਰਿਵੀਜ਼ਨ ਕਰਾਉਣੀ ਹੈ ਪਹਿਲਾਂ, ਜਿਹੜੀ ICC ਦੀ ਜਿਹੜੀ ਲਿਮਿਟਿਡ ਓਵਰ ਫਾਰਮੈਟ, ਮਤਲਬ ਕਿ ODI ਵਨਡੇ ਇੰਟਰਨੈਸ਼ਨਲ ਦੇ T20 ਸੀਗੇ, ਉਹਦਾ ਕੈਪਟਨ ਬਣਾਇਆ ਗਿਆ ਸੀ ਬਾਬਰ ਆਜ਼ਮ ਨੂੰ। ਬਟ ਇਹ ਕਿਹੜੇ ਅਵਾਰਡ ਸੀਗੇ? ਇਹ ESPN ਅਵਾਰਡ ਸੀਗੇ। ਕਿਹੜੇ? ESPN ਕ੍ਰਿਕ ਇਨਫੋ ਅਵਾਰਡ। ਇਹ ਧਿਆਨ ਰੱਖਣਾ, ESPN ਵਾਲੇ ਅਤੇ ICC ਅਵਾਰਡ ਫਰਕ ਹੈ, ਠੀਕ ਹੈ। ESPN ਦਾ ਹੀ ਜਿਹੜੀ ਟੈਸਟ ਮੈਚ ਦੀ ਸਾਈਡ ਹੁੰਦੀ ਹੈ ਉਹਨੂੰ ਲੀਡ ਕੌਣ ਕਰ ਰਿਹਾ? ਉਹਨੂੰ ਕੀਤਾ ਲੀਡ ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਤੋਂ। ਕੱਪੜਿਆਂ ਤੋਂ ਪਤਾ ਲੱਗਦਾ ਹੋ, ਬਾਕੀ ਨਹੀਂ ਪਤਾ ਲੱਗਦਾ ਹੋ, ਇਹ ਲਿਖਿਆ ਦੇਖੋ, ਨਿਊਜ਼ੀਲੈਂਡ ਤੋਂ ਬਿਲੋਂਗ ਕਰਦਾ ਇਹ, ਠੀਕ ਹੈ। ਇਹ ਆਪਾਂ ਪਿਛਲੀ ਵਾਰ ਕਰ ਚੁੱਕੇ ਹਾਂ। ਇਸ ਵਾਰ ਦੀ ਗੱਲ ਸੁਣੋ, ਇਸ ਵਾਰ ਇਹ ਪੁਰਾਣਾ ਸਵਾਲ ਆ ਗਿਆ, ਵਿੱਚ ਵਿੱਚ ਰਹਿ ਗਿਆ। ਹਾਂ, ਇਸ ਵਾਰ ਦੀ ਹੁਣ ਹੈ ICC। ਇਹ ਵਾਲੇ ਜਿਹੜੇ ਅਵਾਰਡ ਨੇ ਇਹ ESPN ਤੋਂ ਵੀ ਵਧੀਆ ਅਵਾਰਡ ਨੇ, ESPN ਤੋਂ ਵੀ ਇੰਪੋਰਟੈਂਟ ਅਵਾਰਡਸ ਨੇ ਇਹ। ਆਹ ਦੇਖੋ ਤਾਂ ਜੀ, ICC ਵੁਮੈਨ T20 ਕ੍ਰਿਕਟਰ ਆਫ ਦਾ ਈਅਰ 2021, ਵੁਮੈਨ ਦੀ ਗੱਲ ਹੋ ਰਹੀ ਹੈ। ਇਹ ਬਣੀ ਹੈ, ਇਹ ਕੁੜੀ ਹੈ, ਕਿੱਥੋਂ ਦੀ ਹੈ? ਇੰਗਲੈਂਡ ਦੀ ਹੈ, ਇੰਗਲੈਂਡ ਦੀ ਹੈ। ਇਹਦਾ ਨਾਂ ਹੈ ਬਿਊਮੋਂਟ, ਪਤਾ ਨਹੀਂ ਕੀ ਨਾਂ ਸੀ ਗੁੱਡੀ ਦਾ, ਬਿਊਮੋਂਟ ਸਮਥਿੰਗ ਨਾਂ ਇਹਦਾ। ਟੈਮਸਿਨ ਬਿਊਮੋਂਟ, ਬੜਾ ਕੱਬਾ ਜਿਹਾ ਨਾਮ, ਮੈਨੂੰ ਉਹਦੀ ਸਪੈਲਿੰਗ ਨਹੀਂ ਪਤਾ ਇਹਦੀ। ਟੈਮਸਿਨ ਬਿਊਮੋਂਟ ਇਹ ਨਾ ਦੇਖੋ ਗੁੱਡੀ ਦਾ, ਅਤੇ ਇਹ ਇੰਗਲੈਂਡ ਤੋਂ ਹੈ, ਇੰਗਲੈਂਡ ਦੀ ਟੀਮ ਤੋਂ ਇਹ ਖੇਡਦੀ ਹੈ। ਟੈਮੀ ਬਿਊਮੋਂਟ ਕਹਿ ਦਿੰਦੇ ਇਹਨਾਂ ਨੂੰ, ਉਹੀ ਗੱਲ, ਛੋਟਾ ਨਾਂ ਬਣਾਤਾ ਹੈ ਨਾ, ਜਿੱਦਾਂ ਹੁੰਦਾ ਨਾ ਸਾਡੇ ਵੱਡੇ ਵੱਡੇ ਨਾਲ ਛੋਟੇ ਛੋਟੇ, ਇਹਨਾਂ ਦਾ ਵੀ ਇੱਦਾਂ ਹੀ ਹੋ ਜਾਂਦਾ। ਉੱਥੋਂ ਹੈ ਅਤੇ ਇੰਗਲੈਂਡ ਦੀ ਟੀਮ ਤੋਂ ਖੇਡਦੀ, ICC ਦੇ ਅਵਾਰਡ ਨੇ ਅਤੇ ਇੰਪੋਰਟੈਂਟ ਹੈ। T20 ਕ੍ਰਿਕਟਰ ਆਫ ਦਾ ਈਅਰ ਆਇਆ, ਹਜੇ ਹੋਰ ਅਵਾਰਡ ਆਣਗੇ, ਉਹ ਵੀ ਆਪਾਂ ਕਰਾਂਗੇ। ਦੂਜਾ ਅਵਾਰਡ ਕਿਹੜਾ ਆਉਂਦਾ? ICC ਮੈਨ ਕ੍ਰਿਕਟਰ ਆਫ ਦਾ ਈਅਰ, ਉਹ ਕੌਣ ਬਣਿਆ? ਉਹ ਪਾਕਿਸਤਾਨ ਦਾ ਮੁੰਡਾ ਬਣਿਆ। ਕੀ ਨਾਂ ਉਹਦਾ ਬਣ ਜਾਂਦਾ ਹੈ? ਮੁਹੰਮਦ ਰਿਜ਼ਵਾਨ, ਮੁਹੰਮਦ ਰਿਜ਼ਵਾਨ। ਇਹ ਤਿੰਨ ਨਾਂ ਨੇ ਯਾਦ ਰੱਖਾਂਗੇ ਆਪਾਂ, ਕਿਹੜੇ ਕਿਹੜੇ ਹੋ ਗਏ? ਇੱਕ ਤਾਂ ਹਜੇ T20 ਕ੍ਰਿਕਟਰ ਆਫ ਦਾ ਈਅਰ ਕਰ ਲਿਆ ਆਪਾਂ, ਦੂਜਾ ਆਪਾਂ ਮੈਨ ਕ੍ਰਿਕਟਰ ਕਰ ਲਿਆ, ਵੀਮੈਨ ਕ੍ਰਿਕਟਰ ਕਰ ਲਿਆ, ਦੋਨੇ ਕਰ ਲਏ। ਕੁੜੀ ਹੈ ਬਿਊਮੋਂਟ, ਇੰਗਲੈਂਡ ਤੋਂ ਹੈ, ਮੁੰਡਾ ਹੈ ਮੁਹੰਮਦ ਰਿਜ਼ਵਾਨ, ਪਾਕਿਸਤਾਨ ਤੋਂ। ਅਤੇ ਹੁਣ ਅੱਗੇ ਤੀਜਾ ਹੁੰਦਾ ICC ਮੈਨ ਐਸੋਸੀਏਟ ਕ੍ਰਿਕਟਰ ਆਫ ਦਾ ਈਅਰ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ICC ਵਿੱਚ 106 ਟੀਮਾਂ ਨੇ, ਜਿਨ੍ਹਾਂ ਵਿੱਚ 94 ਨੇ ਐਸੋਸੀਏਟਸ, ਅਤੇ ਜਿਹੜੇ ਮੇਨ ਸਟ੍ਰੀਮ ਖੇਡਦੀਆਂ ਨੇ ਉਹ ਨੇ ਸਿਰਫ 12 ਕੰਟਰੀਆਂ ਨੇ, ਅਤੇ ਜਿਹੜੀ 94 ਕੰਟਰੀਜ਼ ਹੈ ਉਹ ਐਸੋਸੀਏਟਸ ਨੇ। ਅਤੇ ਐਸੋਸੀਏਟ ਕ੍ਰਿਕਟਰ ਆਫ ਦਾ ਈਅਰ ਕੌਣ ਬਣਿਆ? ਜ਼ੀਸ਼ਾਨ ਮਕਸੂਦ। ਕਿੱਥੋਂ ਇਹ? ਓਮਾਨ ਤੋਂ, ਠੀਕ ਹੈ। ਜ਼ੀਸ਼ਾਨ ਮਕਸੂਦ ਨਾਂ ਹੁੰਦਾ, ਕਿੱਥੋਂ ਬਿਲੋਂਗ ਕਰਦਾ ਬਾਈ ਜੀ? ਓਮਾਨ ਤੋਂ ਬਿਲੋਂਗ ਕਰਦਾ। ਇਹ ਅੱਜ ਦੇ ਕਰੰਟ ਅਫੇਅਰ ਸ਼ੁਰੂ ਹੋ ਚੁੱਕੇ ਨੇ, ਤੁਹਾਨੂੰ ਪਤਾ ਲੱਗਿਆ ਹੋਣਾ। ਇੱਕ ਵਾਰ ਸੈਸ਼ਨ ਦੇਖੋ, ਹੁਣ ਸ਼ੇਅਰ ਕਰ ਦਿਉ ਦੱਬ ਕੇ, ਆਪਾਂ 120 ਤੇ ਜਾ ਕੇ ਵਾਪਸ ਨਹੀਂ ਜਾਣਾ। ਮੇਰਾ ਦੇਖ ਮਕਸਦ ਇਹੀ ਰਹਿੰਦਾ ਵੀ ਆਪਾਂ ਜਿੱਥੇ 120 ਗਏ ਹਾਂ ਤਾਂ ਆਪਾਂ 130 ਜਾਈਏ, 40 ਜਾਈਏ, 50 ਜਾਈਏ, ਥੱਲੇ ਨਹੀਂ ਆਉਣਾ ਬਸ, ਹੈ ਨਾ। ਤਾਂ ਜੀ ਇਹ ਕਰ ਦਿਉ ਇੱਕ ਵਾਰ ਸੈਸ਼ਨ ਨੂੰ ਸ਼ੇਅਰ। ਜਿਹਨੂੰ ਆਵਾਜ਼ ਵਿੱਚ ਪ੍ਰੋਬਲਮ ਆ ਰਹੀ ਥੋੜ੍ਹੀ ਜਿਹੀ, ਅੱਜ ਲਈ ਸੋਰੀ, ਸਿਸਟਮ ਚੇਂਜ ਕੀਤਾ, ਬੈਕਗਰਾਊਂਡ ਦੀ ਜਿਹੜੀ ਕਾਲਾ ਪਾਣਾ, ਜਿਹੜੇ ਸਨੋਫਾਲ ਜੀ ਹੋ ਰਹੀ ਹੈ ਉਹ ਵੀ ਇਹਦੇ ਕਰਕੇ ਹੀ ਹੈ। ਤਾਂ ਜੀ ਕੱਲ੍ਹ ਤੋਂ ਇਹ ਬਿਲਕੁਲ ਟੌਪ ਨੌਚ ਹੋ ਜੂਗਾ, ਹੈ ਨਾ। ਚੱਲ ਆਹ ਗੱਲ ਕੀਤੀ ਆਪਾਂ, 106 ਮੈਂਬਰ ਹੈ, 94 ਐਸੋਸੀਏਟ। ਤੁਹਾਡੇ ਕੋਲ ਕਰੰਟ ਅਫੇਅਰ ਵਿੱਚ ਕੀ ਸਵਾਲ ਆ ਸਕਦਾ ਵੀ ਲੇਟੈਸਟ ਮੈਂਬਰ ਕਿਹੜੇ ਨੇ? ਲੇਟੈਸਟ ਮੈਂਬਰ ਇਹ ਨੇ, ਮੰਗੋਲੀਆ, ਸਵਿਟਜ਼ਰਲੈਂਡ ਅਤੇ ਤਜੀਕਿਸਤਾਨ। ਮਤਲਬ ਕਿ ਪਹਿਲਾਂ 103 ਹੁੰਦੇ ਸੀ ਅਤੇ ਹੁਣ ਉਹ ਕਿਹੜੇ ਬਣ ਚੁੱਕੇ ਨੇ? ਮੰਗੋਲੀਆ, ਸਵਿਟਜ਼ਰਲੈਂਡ ਅਤੇ ਤਜੀਕਿਸਤਾਨ, ਇਹ ਤਿੰਨ ਮੈਂਬਰ ਨਵੇਂ ਐਡ ਹੋ ਚੁੱਕੇ ਨੇ। ਹੁਣ ਤੁਹਾਨੂੰ ਇੱਕ ਗੱਲ ਧਿਆਨ ਰੱਖਣੀ, ਕਿਉਂਕਿ ICC ਦੇ ਕੋਲ ਬਹੁਤ ਜ਼ਿਆਦਾ ਨਿਊਜ਼ ਵਿੱਚ ਆ ਰਿਹਾ, ਵਰਲਡ ਕੱਪ ਹੋ ਗਿਆ, ਹੈ ਨਾ, ਇਹ ਤਿੰਨ ਟੀਮਾਂ ਆ ਗਈਆਂ ਹੁਣ ICC ਦੇ ਕ੍ਰਿਕਟ ਅਵਾਰਡ ਆ ਗਏ, ਤਾਂ ਸਾਨੂੰ ICC ਦੇ ਜਿਹੜਾ ਸਟੈਟਿਕ GK ਹੈ, ICC ਦਾ ਜਿਹੜਾ ਸਟੈਟਿਕ GK, ਸਾਨੂੰ ਇਹ ਵੀ ਪੜ੍ਹਨਾ ਜ਼ਰੂਰੀ ਹੋ ਜੂਗਾ। ਤਾਂ ਇਹ ਲਓ ਜੀ ਤੁਹਾਡੇ ਲਈ ICC ਦੇ ਸਟੈਟਿਕ GK। ਪਹਿਲਾਂ ਤਾਂ ਮੈਨ, ਜਿਹੜੇ ਮੈਨ ODI ਖੇਡਦੀਆਂ ਨੇ ਉਹ ਕਿਹੜੀਆਂ ਟੀਮਾਂ ਨੇ? ਮੈਨ ਦੇ ਜਿਹੜੇ ਆਪਾਂ ਕਿਹਾ 94 ਐਸੋਸੀਏਟ ਨੇ ਅਤੇ 12 ਇਹਨਾਂ ਦੀ ਪੱਕੀ ਟੀਮਾਂ ਨੇ, ਅਤੇ 12 ਟੀਮਾਂ ਕਿਹੜੀਆਂ ਨੇ ਇਹ ਆਪਾਂ ਧਿਆਨ ਰੱਖਣਾ ਹੈ। ਅਫਗਾਨਿਸਤਾਨ, ਆਸਟ੍ਰੇਲੀਆ, ਬਾਂਗਲਾਦੇਸ਼, ਇੰਗਲੈਂਡ, ਇੰਡੀਆ, ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਸਾਊਥ ਅਫਰੀਕਾ, ਸ਼੍ਰੀਲੰਕਾ, ਵੈਸਟ ਇੰਡੀਜ਼ ਅਤੇ ਜ਼ਿੰਬਾਬਵੇ। ਇਹ ਨੇ ਜਿਹੜੀਆਂ 12 ਕੰਟਰੀਆਂ, ਮੈਨ ਆਦਮੀਆਂ ਦੀ ਗੱਲ ਹੋ ਰਹੀ ਹੈ, ਮਰਦਾਂ ਦੀ ਗੱਲ ਹੋ ਰਹੀ ਹੈ, ਜਿਹੜਾ ਮੈਨ ਕ੍ਰਿਕਟ ਖੇਡਦੀਆਂ ਨੇ ਇਹ ਨੇ। 94 ਅਤੇ 12 ਆਪਾਂ ਗੱਲ ਕੀਤੀ ਹੈ ਨਾ, ਇਹ ਉਹ ਨੇ ਕੰਟਰੀ। ਬਟ ਕੁੜੀਆਂ ਵਿੱਚ ਗੇਮ ਅੱਡ ਹੈ, ਕੁੜੀਆਂ ਵਿੱਚ ਇਕੱਲੀ 10 ਨੇ। ਕਿਹੜੀ ਹੋ ਜਾਂਦੀ? ਆਸਟ੍ਰੇਲੀਆ, ਬਾਂਗਲਾਦੇਸ਼, ਇੰਗਲੈਂਡ, ਇੰਡੀਆ, ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਸਾਊਥ ਅਫਰੀਕਾ, ਸ਼੍ਰੀਲੰਕਾ ਅਤੇ ਵੈਸਟ ਇੰਡੀਜ਼। ਇਹਦੇ ਵਿੱਚ ਕਿਹੜੀ ਨਹੀਂ ਹੈ? ਇਹਦੇ ਵਿੱਚ ਇੱਕ ਤਾਂ ਦੇਖੋ ਅਫਗਾਨਿਸਤਾਨ ਹੈ ਨਹੀਂ, ਹੈ ਨਾ, ਅਤੇ ਹੋਰ ਕਿਹੜੀ ਹੈ ਨਹੀਂ? ਅਫਗਾਨਿਸਤਾਨ ਅਤੇ ਜ਼ਿੰਬਾਬਵੇ ਹੈ ਨਹੀਂ, ਇੱਥੇ ਅਫਗਾਨਿਸਤਾਨ ਹੈ ਨਹੀਂ ਅਤੇ ਜ਼ਿੰਬਾਬਵੇ ਹੈ ਨਹੀਂ। ਇਹ ਆਪਾਂ ਗੱਲ ਧਿਆਨ ਰੱਖਾਂਗੇ, ਠੀਕ ਹੈ। ਬੰਦਿਆਂ ਵਿੱਚ ਕਿੰਨੀਆਂ ਨੇ? ਬੰਦਿਆਂ ਵਿੱਚ ਨੇ 12 ਅਤੇ ਕੁੜੀਆਂ ਵਿੱਚ ਨੇ 10, ਠੀਕ ਹੈ ਜੀ। ਚਲੋ, ਅਤੇ ਨਵੀਆਂ ਟੀਮਾਂ ਬਿਲਕੁਲ ਤਜਿਕਿਸਤਾਨ, ਸਵਿਟਜ਼ਰਲੈਂਡ ਅਤੇ ਮੰਗੋਲੀਆ, ਇਹ ਆਪਾਂ ਯਾਦ ਰੱਖਣੀ, ਇੰਪੋਰਟੈਂਟ ਸਵਾਲ ਹੈ, ਕਰੰਟ ਦਾ ਸਵਾਲ।
ਹੁਣ ਆਈਸੀਸੀ ਬਾਰੇ ਕੁਝ ਗੱਲਾਂ। ਇਹ ਬਣਿਆ ਸੀਗਾ 1909 ਵਿੱਚ, ਕਿਹੜੇ ਨਾਂ ਤੋਂ ਬਣਿਆ ਸੀ ਆ ਵੇਖੋ, ਇੰਪੀਰੀਅਲ ਕ੍ਰਿਕਟ ਕਾਨਫਰੰਸ ਦੇ ਨਾਂ ਤੋਂ ਬਣਿਆ ਸੀਗਾ। ਅੱਜ ਤਾਂ ਨਾਂ ਇਹਦਾ ਕੀ, ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ, ਬਟ ਇਹ ਬਣਿਆ ਸੀ 1909 ਵਿੱਚ। ਕਿਹੜੇ ਨਾਂ ਤੋਂ? ਇੰਪੀਰੀਅਲ ਕ੍ਰਿਕਟ ਕਾਨਫਰੰਸ ਦੇ ਨਾਂ ਤੋਂ ਬਣਿਆ ਸੀ। ਫਿਰ 1965 ਵਿੱਚ ਇਹਦਾ ਨਾਂ ਬਦਲ ਕੇ ਕੀ ਕਰਤਾ, ਇੰਟਰਨੈਸ਼ਨਲ ਕ੍ਰਿਕਟ ਕਾਨਫਰੰਸ। ਫਿਰ 1989 ਵਿੱਚ ਇਹਦਾ ਜਿਹੜਾ ਅੱਜ ਦਾ ਨਾਂ ਹੈ ਜਿਹੜਾ ਆਈਸੀਸੀ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਪਿਆ। देखो सेशन बढ़िया लग रहा, थोनू कंटेंट बढ़िया लग रहा, एक बार सेशन लाइक करी जाओ यार, कर दिया करो। तो ये चेयरमैन ने ग्रेग बारकले ने, ये सीईओ बनते हैं जॉफ एलार्टिस, हमने हमने बने ने। इन्हों तो पहला सके मनु सोहनी, मनु सोहनी जेडे सीईओ जॉफ एलार्टिस तो पहला सके, तो यह दोनों ही ऑस्ट्रेलिया तो बिलोंग करते हैं। ग्रेग बारकले है न्यूजीलैंड तो, जॉफ एलार्टिस है ऑस्ट्रेलिया तो, ये भी गल आप ध्यान रखेंगे ठीक है। 106 मैंबर 17 लाया हुआ, क्योंकि अगे भी हो सकता। तो थोड़े तो थोड़ा सारे पता होगा भी यदा हैडक्वाटर कितने दुबई में पैंता है, बट यद ओरिजिनल हैडक्वाटर कितने से? ओरिजिनल हैडक्वाटर यदा लंडन, कितने है वो? यूके इंग्लैंड जोड़ा यदा ओरिजिनल हैडक्वाटर ठीक है जी। चलो जी 23 जनवरी, अज तो यह भी होना सी। अज मैं इतने हूँ वीडियो बंद कर रहा, मेरी पिछले पिछले ग्रीन स्क्रीन भी डिगी, अज आप वीडियो बंद करा ठीक है एंड तक। तो जी 23 जनवरी 1897 इन्हों जन्म होया, इन्हों तो सुभाष चंद्र बोस जी का जन्म होया। हूँ मेरी फोटो से ध्यान ना दो, कला इतने तो ध्यान दो, कल थोड़े लिए बिल्कुल ठीक हो जाएगा। थोड़ा जी प्रॉब्लम आ रही है, थोड़ा पता ही, देखो पिछले ग्रीन स्क्रीन भी डिगी अच्छा। तो जी 23 जनवरी 1897 इन्हों का जन्म होया, 125वीं बर्थ एनिवर्सरी हुई है इन्हों। तो मोदी जी ने कहा कि हुण आपां हुण तो आपां की बनावांगे, आपां 23 जनवरी नूं मनावांगे, एस पराक्रम दिवस मनाया जाऊगा सुभाष चंद्र बोस जी का हैप्पी बर्थडे। हुण साडे लई इंपोर्टेंट हो जाता कुछ, मोदी जी ने बहुत ज़्यादा अनाउंस करते। 26 जनवरी नूं मनाया जा रहा है वीर बाल दिवस, 26 जनवरी नूं मनाया जा रहा है वीर बाल दिवस, 26 जनवरी कह रहा, 26 दिसंबर नूं। 16 जनवरी नूं मनाया जा रहा है स्टार्टअप डे, की मनाया जा रहा है? स्टार्टअप डे। तो हुण 23 जनवरी आ गया, 23 जनवरी को की मनाया जा रहा है? पराक्रम दिवस। ये तीन ने असं ध्यान रखने हैं। तो थोनू पता हो एक हूँ जो इंडिया गेट है उत्थे इन्हों की एक मूर्ति बनाई जा रही है, जब तक मूर्ति नहीं बनती उत्थे एक होलोग्राम लगा दिता गया है। अब मैं कल की क्लास दस्या से ना वीकली व्यापार शुरू करने तो पहला, तो वह दस्या से। चलो ये मैं वधिया लग्या, तुसी कंटेंट ते कंसंट्रेट कर रहे हो, किसी कोई भी बच्चा योजा नहीं है जिन्हें कहा सर तुसी हा हा हे इदा ही यार कंसंट्रेशन बनाए रखा करो। देखो पढ़ाई आप भी कर रहे हैं, तुम भी कर रहे हो, वधिया तरीके इदा ही होगी ठीक है जी। हुण देखो इन बारे दो चार गल्लां तुहानू पता होनिया चाहिए, वो सबनों पता। चलो दिल्ली इन्होंने कहा तुम मुझे खून दो मैं तुम्हें आजादी दूंगा, यह सारिया गल्लां सबनों पता है। काम आंदा जी इन्होंने किहड़ा INC का सैशन इन्होंने हैड किया, सैशन में यह प्रेजिडेंट सीगे, दसो मैनू किहड़ा सैशन सी इन्हों का जिहड़ा प्रेजिडेंट सीगे सुभाष चंद्र बोस जी, किहड़े सैशन में सीगे प्रेजिडेंट सुभाष चंद्र बोस, दसो है आइडिया किसी नूं? किदां कर रहे हो तुसीं पॉलिटी की तैयारी, दसो अपनी। बिल्कुल बिल्कुल सरदार जी की गल कहती, पढ़ाई यही कहती है तुम मुझे वक्त दो मैं तुम्हें सिलेक्शन दूंगा, बिल्कुल यही गल। मैंने दसो भी किहड़ा INC का सैशन किया? निकिता बंसल ने कहा 1938 ते 1939, तो यह हो गया थोड़ा आंसर हूँ गलत, क्योंकि 1938 का सैशन किया इन्होंने। किहड़ा सैशन से? हरिपुरा वाला सैशन सीगा इन्हों का, है ना। बट ये 1939 में हो गए थे सिलेक्ट, त्रिपुरी में हो गए थे, बट इन्होंने रेजिग्नेशन देता सीगा, रेजिग्नेशन देता सीगा इन्होंने। क्यों देता सी? इन्हों के कुछ मुद्दे चल गए थे, कुछ प्रॉब्लम हो गई थी गांधी जी नाल, कुछ प्रॉब्लम हो गई थी ता करके इन्हों ने रेजिग्नेशन देता सी। ते 1939 में इन्होंने की बनाता सी? इन्होंने बना लिया सीगा फॉरवर्ड ब्लॉक, की बना लिया सी? फॉरवर्ड ब्लॉक बना लिया सी इन्होंने, ये आप गल ध्यान रखांगे। देखो जी किसी को प्रॉब्लम हो रही है, क्योंकि देखो मेरी ग्रीन स्क्रीन भी डिग गई है, लैपटॉप से वैसी प्रॉब्लम आ रही है, अज नहीं बस थोड़ा जहा एडजस्ट कर लो। मैं दोबारा कह रहा कंटेंट भी देखो थोड़ू 1% की भी कोई प्रॉब्लम नहीं आऊगी, कंटेंट थोड़ा टॉप नॉच तो भी टॉप वाला है, क्योंकि अज मैं बहुत ज़्यादा डिटेल में कराया। आ देखो इन्हों का जन्म होया कटक में होया 1897, तो कमाल की गल है IAS सिलेक्ट हो गए थे उस टाइम, होंदा सी इंडियन सिविल सर्विस, इंडियन सिविल सर्विस सिलेक्ट हो गए। इन्होंने 1921 उस तो की दिता रिजाइन देता सीगा। उस तो बाद 1923 की गल है, ये बने ऑल इंडिया यूथ कांग्रेस के प्रधान बने, के बने ऑल इंडिया यूथ कांग्रेस के प्रधान बने। तो यह आ गई जी 1938 की गल, ये हरिपुरा सैशन में बने गए थे प्रधान। फिर 1939 में त्रिपुरी जोड़ा सैशन सगा, त्रिपुरी वाले सैशन में भी प्रधान बन गए थे, बट गांधी जी नाल कहिंदे कुछ इन्हां दे मन मुटाव सीगे, ते उस तो बाद इन्हां ने छड्डता सी। कमाल की गल ए है जिहड़ा गांधी जी नूं महात्मा कहा जाता है, महात्मा कहा जाता है,
ਉਹ ਵੀ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ, ਕਿੱਥੋਂ ਕਿਹਾ ਸੀ, ਸਿੰਗਾਪੁਰ ਤੋਂ ਕਿਹਾ ਸੀ। ਹੁਣ ਮੈਨੂੰ ਇਹ ਦੱਸੋ ਕਿਹੜਾ ਤੁਹਾਡਾ ਕਰੰਟ ਅਫੇਅਰ ਵਾਲਾ ਤੁਹਾਨੂੰ ਪੋਜ਼ਿਟਿਵ ਹੀ ਕਰਾ ਦੂਗਾ। ਤਾਂ ਹੀ ਕਹਿੰਦਾ ਕਲਾਸ ਲਾਇਆ ਕਰੋ ਅਤੇ ਕਲਾਸ ਨਾਲ ਨਾਲ ਲਾਈਕ ਕਰ ਜਾਇਆ ਕਰੋ, ਲਾਈਕ ਨਾਲ ਸ਼ੇਅਰ ਕਰੀ ਜਾਇਆ ਕਰੋ, ਠੀਕ ਹੈ ਜੀ। 40 ਵਿੱਚ ਕੀ ਹੋਇਆ, ਬ੍ਰਿਟਿਸ਼ ਵਾਲਿਆਂ ਨੇ ਕੀ ਕੀਤਾ, ਉਹਨਾਂ ਨੂੰ ਹਾਊਸ ਅਰੈਸਟ ਰੱਖਤਾ ਸੀਗਾ। ਬਟ ਉਹ ਵੀ ਕੱਬੇ ਸੀਗੇ, ਉਹ ਅਫਗਾਨਿਸਤਾਨ ਨਿਕਲ ਕੇ ਪਹਿਲਾਂ USSR ਚਲ ਗਏ, ਫਿਰ ਜਰਮਨੀ ਚਲ ਗਏ, ਫਿਰ ਐਡੋਲਫ ਹਿਟਲਰ ਨੂੰ ਮਿਲ ਕੇ ਉਹਨਾਂ ਨੇ ਗੁਹਾਰ ਕੀਤੀ ਵੀ ਇੰਡੀਆ ਦੀ ਯਾਰ ਮਾੜੀ ਮੋਟੀ ਕਹਿੰਦੇ ਹੈਲਪਫੁਲ ਵੀ ਕਰ ਦਿਓ, ਆਜ਼ਾਦ ਵਜੂਦੀ ਕਰਵਾ ਦਿਓ ਸਾਨੂੰ। ਚਲ ਠੀਕ ਹੈ ਜੀ, ਤੇਜ਼ ਤਾਂ ਚੱਲ ਰਿਹਾ, ਹੌਲੀ ਤਾਂ ਚੱਲ ਰਿਹਾ, ਦੱਸ ਦਿਓ ਮੈਨੂੰ। ਜੇ ਤੇਜ਼ ਚੱਲ ਰਿਹਾ ਤਾਂ ਵੀ ਦੱਸ ਦਿਓ, ਹੌਲੀ ਚੱਲ ਰਿਹਾ ਤਾਂ ਵੀ ਦੱਸ ਦਿਓ। ਅੱਜ ਦੀ ਕਲਾਸ ਤਾਂ ਬਲਕਿ ਕਿਉਂਕਿ ਮੈਨੂੰ ਆਪ ਹੀ ਅੱਡ ਤੋਂ ਫੇਵਰੇਟ ਲੱਗ ਰਹੀ ਹੈ, ਠੀਕ ਹੈ। ਚਲੋ ਫਿਰ ਇਹਨਾਂ ਨੇ ਰੇਜ਼ ਕੀਤੀ 1943 ਵਿੱਚ ਆਜ਼ਾਦ ਹਿੰਦ ਫੌਜ ਜਾਂ ਫਿਰ ਇੰਡੀਅਨ ਨੈਸ਼ਨਲ ਆਰਮੀ ਇਨ ਸਿੰਗਾਪੁਰ। ਇਹਨਾਂ ਨੇ ਨਹੀਂ ਬਣਾਈ ਸੀ, ਇਹਨਾਂ ਨੇ ਲੀਡ ਕੀਤੀ ਸੀ। ਬਣਾਈ ਕਿਹਨੇ ਸੀ ਪਹਿਲਾਂ, ਕੈਪਟਨ ਕੌਣ ਸੀਗਾ ਜਿਹੜੀ ਆਜ਼ਾਦ ਹਿੰਦ ਫੌਜ ਦਾ, ਇੰਡੀਅਨ ਨੈਸ਼ਨਲ ਆਰਮੀ ਦਾ ਕੈਪਟਨ ਕੌਣ ਸੀਗਾ, ਦੱਸੋ। ਤੁਸੀਂ ਪੜ੍ਹੀ ਹੋਈ ਨਾ ਪੋਲੀਟੀ ਹਿਸਟਰੀ, ਮੈਂ ਕਿਹਾ ਬਾਰ ਬਾਰ ਕਿਹਾ ਮੈਂ, ਤੁਸੀਂ ਆਪਣੀ ਕਿਆ ਕਹਿੰਦੇ ਆ ਮਾਡਰਨ ਹਿਸਟਰੀ ਤੁਸੀਂ ਵਧੀਆ ਤਰੀਕੇ ਨਾਲ ਕਰਨੀ ਹੈ। ਦੱਸੋ ਮੈਨੂੰ ਹੁਣ ਕਿਹਨੇ ਬਣਾਈ ਸੀਗੀ, ਬਣੀ ਸੀਗੀ ਉਹ 1942 ਵਿੱਚ ਕੈਪਟਨ ਮੋਹਨ ਸਿੰਘ ਦੇ ਅੰਡਰ, ਕੈਪਟਨ ਮੋਹਨ ਸਿੰਘ ਦੇ ਅੰਡਰ। ਇਹ ਗੱਲ ਨਾ ਕਰ ਲਿਓ ਕਦੇ ਤੁਹਾਡੇ ਤੋਂ ਪੁੱਛਿਆ ਜਾਵੇ ਆਇਆ ਇੰਡੀਅਨ ਨੈਸ਼ਨਲ ਆਰਮੀ ਕਿਹਨੇ ਬਣਾਈ, ਤੁਸੀਂ ਸੁਭਾਸ਼ ਚੰਦਰ ਬੋਸ ਟਿਕ ਕਰਕੇ ਆ ਜਾਓ, ਗਲਤ ਹੋ ਜਾਊਗਾ ਆਂਸਰ। 1942 ਵਿੱਚ ਕੈਪਟਨ ਮੋਹਨ ਸਿੰਘ ਜੀ ਨੇ ਬਣਾਈ ਸੀਗੀ, ਇਹ ਧਿਆਨ ਰੱਖਿਓ, ਕਿਸੇ ਨੇ ਆਂਸਰ ਨਹੀਂ ਦਿੱਤਾ। ਕੈਪਟਨ ਮੋਹਨ ਸਿੰਘ ਨੇ ਬਣਾਈ ਸੀ 42 ਵਿੱਚ, ਅਤੇ 43 ਵਿੱਚ ਇਹਨਾਂ ਕੋਲ ਆ ਗਈ ਸੀ, ਠੀਕ ਹੈ ਜੀ। ਅਤੇ ਫਿਰ ਇਹ ਬਾਕੀ ਕੁਛ ਨਹੀਂ ਸਾਡੇ ਕੰਮ ਦਾ, ਬਾਕੀ ਬਸ ਇਹਨਾਂ ਤੁਹਾਡੇ ਲਈ ਇੰਟਰਸਟਿੰਗ ਚੀਜ਼ ਹੈ, ਪੜ੍ਹ ਸਕਦੇ ਹੋ। ਜੇ ਅਲਾਈਡ ਫੋਰਸਿਸ ਨੇ ਜਪੈਨ ਨੂੰ ਕੈਪਚਰ ਕਰ ਲਿਆ ਸੀ ਸਿੰਗਾਪੁਰ, ਤੁਸੀਂ ਜੇ ਦੇਖਿਆ ਹੋ ਇਹ ਉੱਥੇ ਨੈਟ ਪ੍ਰਾਈਮ ਵੀਡੀਓ 'ਤੇ ਪਿਆ ਹੋਇਆ, ਇੱਕ ਨਾ ਦ ਫੋਰਗੋਟਨ ਆਰਮੀ ਕਰਕੇ ਹੈ, ਇੱਕ ਦ ਫੋਰਗੋਟਨ ਆਰਮੀ ਕਰਕੇ ਹੈ, ਐਮਾਜ਼ੋਨ 'ਤੇ ਪਈ ਹੋਈ ਹੈ, ਉਹ ਦੇਖਿਓ। ਉਹ ਇੰਡੀਅਨ ਨੈਸ਼ਨਲ ਆਰਮੀ ਬਾਰੇ ਹੀ ਹੈ ਵੀ ਕਿੱਦਾਂ ਬਣੀ ਉਹ, ਕੀ ਕੁਛ ਹੋਇਆ ਉਹਨਾਂ ਨਾਲ, ਬਹੁਤ ਹੀ ਵਧੀਆ ਚੀਜ਼ ਬਣਾਈ ਹੋਈ ਹੈ। ਅਤੇ ਇਹਨਾਂ ਦੀ ਡੈਥ ਅਜੇ ਇਸ ਟਾਈਮ ਵੀ ਐਜ਼ ਆਫ ਟੂਡੇ, ਅੱਜ ਦੀ ਡੇਟ ਵਿੱਚ ਵੀ ਮਿਸਟਰੀ ਹੈ ਕਿ ਹੋਈ ਵੀ ਹੈ, ਨਹੀਂ ਹੋਈ ਹੈ, ਕੀ ਹੋਇਆ, ਕੁਛ ਨਹੀਂ ਪਤਾ ਲੱਗਦਾ ਕਿਸੇ ਨੂੰ, ਠੀਕ ਹੈ ਜੀ। ਤਾਂ ਜੀ ਇਹ ਗੱਲਾਂ ਕੁਛ ਨੇ ਜਿਹੜੀ ਬੋਸ ਜੀ ਬਾਰੇ ਸਾਨੂੰ ਧਿਆਨ ਰੱਖਣੀਆਂ ਪੈਣੀਆਂ। ਤਾਂ ਜੀ ਮੋਦੀ ਜੀ ਕਹਿੰਦੇ ਜੀ ਇੱਕ ਹੋਰ ਪੁਤਲਾ ਬਣਾ ਦਿਆ ਹੈ, ਇੱਕ ਹੋਰ ਸਟੈਚੂ ਬਣ ਗਿਆ ਹੈ, ਬਟ ਇਹ ਸਟੈਚੂ ਕਿਹਦਾ ਬਣਿਆ, ਇਹ ਸਟੈਚੂ ਬਣਿਆ ਜੀ ਸੇਂਟ ਰਾਮਾਨੁਜਾਚਾਰਿਆ ਦਾ। ਕਿੱਥੇ ਬਣ ਰਿਹਾ ਹੈ, ਹੈਦਰਾਬਾਦ ਵਿੱਚ ਬਣ ਰਿਹਾ ਹੈ, ਹੈਦਰਾਬਾਦ ਵਿੱਚ ਬਣ ਰਿਹਾ ਹੈ, 216 ਫੁੱਟ ਉੱਚਾ, ਕਿੰਨਾ, 216 ਫੁੱਟ ਉੱਚਾ। ਅਤੇ ਇਹ ਜਿਹੜਾ ਬੇਸ ਹੈ ਇਹਨੂੰ, ਇਹ ਜਿਹੜਾ ਥੱਲੇ ਕੰਸਟਰਕਸ਼ਨ ਹੈ ਇਹਨੂੰ ਦੇਖੋ, ਥੱਲੇ ਲਿਖਿਆ, ਇਹਨੂੰ ਕਹਿੰਦੇ ਭਦਰਵੇੜੀ, ਇਹਨੂੰ ਕਿਹਾ ਜਾਂਦਾ ਭਦਰਵੇੜੀ ਕਿਹਾ ਜਾਂਦਾ ਇਹਨੂੰ। ਤਾਂ ਹਜੇ ਅੰਡਰ ਕੰਸਟਰਕਸ਼ਨ ਹੀ ਹੈ ਇਹ, ਅਤੇ ਜਦੋਂ ਬਣ ਗਿਆ ਇਹ ਦੁਨੀਆ ਦਾ ਤੀਜਾ ਸਿਟਿੰਗ ਸਟੈਚੂ ਬਣ ਜੂਗਾ, ਵੀ ਬੈਠਾ ਹੋਇਆ ਨਾ ਜਿਹੜਾ, ਜਿੱਦਾਂ ਐਂ ਬੈਠੇ ਹੋਏ ਆ ਇਹ। ਐਜ਼ ਆਫ ਨਾਓ ਅੱਜ ਦੀ ਡੇਟ ਵਿੱਚ ਜਿਹੜਾ ਸਭ ਤੋਂ ਜ਼ਿਆਦਾ, ਸਰ ਤੁਸੀਂ ਮਾਡਰਨ ਹਿਸਟਰੀ ਕਰਾ ਦਿਓ ਤਾਂ ਕਦੇ ਭੁੱਲ, ਫਿਰ ਗਗਨ ਸਰ ਕੀ ਪੜ੍ਹਾਉਂਗੇ, ਠੀਕ ਹੈ। ਆਹ ਦੇਖੋ ਤਾਂ ਜੀ ਜਿਹੜਾ ਇਹਨਾਂ ਦਾ ਬੇਸ ਹੈ ਰਾਮਾਨੁਜਾਚਾਰਿਆ ਦਾ, 36 ਹਾਥੀ ਅਤੇ 27 ਫਿੱਟ ਉੱਚੇ ਕਮਲ ਦੇ ਪੈਟਲ ਨੇ, ਕਮਲ ਦੀ ਪੱਤੀਆਂ ਨੇ। ਇਟ ਇਜ਼ ਰੀਚਡ ਬਾਈ ਅ ਫਲਾਈਟ ਆਫ ਆਰਕੇਡਿਡ ਸਟੇਅਰਸ ਕਾਰਵਡ ਇਨ ਪਿੰਕ ਸੈਂਡ ਸਟੋਨ ਫਰੋਮ ਬੰਸੀ ਪਹਾੜਪੁਰ ਇਨ ਰਾਜਸਥਾਨ। ਬਹੁਤ ਪੈਸਾ ਪੁਰਸਾ ਖਰਚਾ ਹੋ ਰਿਹਾ ਹੈ। ਅਤੇ ਨੀਅਰ ਦਾ ਸਟੈਚੂ ਵਿਲ ਬੀ ਅਨਦਰ ਆਈਡਲ ਆਫ ਦਾ ਸੇਂਟ ਮੇਡ ਇਨ ਗੋਲਡ, ਜਿਹੜੀ ਕਿ 120 ਕਿਲੋ ਦੀ ਹੋਊਗੀ, 120 ਕਿਲੋ ਦੀ ਹੋਊਗੀ। ਕਹਿੰਦੇ ਇੱਕ ਓਲੇ ਇੱਕ ਇੱਕ ਤੋਲਾ ਕਿੰਨੇ ਦਾ ਹੁੰਦਾ, 10 ਗ੍ਰਾਮ ਦਾ ਹੁੰਦਾ ਹੈ ਨਾ, 100 ਗ੍ਰਾਮ ਵਿੱਚ ਹੁੰਦੇ ਆ। ਕਹਿੰਦੇ ਸਰ 10 ਤੋਲੇ 1 ਗ੍ਰਾਮ ਵਿੱਚ ਹੁੰਦੇ ਆ, ਸਰ 100 ਗ੍ਰਾਮ ਵਿੱਚ ਹੁੰਦੇ ਆ, 10 ਤੋਲੇ 1 ਕਿਲੋ ਵਿੱਚ ਹੋਣਗੇ ਸਰ 100 ਤੋਲੇ, ਅਤੇ 120 ਕਿਲੋ ਵਿੱਚ ਹੋਣਗੇ, ਹਾਏ ਹੋਏ, ਬਹੁਤ ਮਹਿੰਗੀ ਚੀਜ਼ ਬਣ ਰਹੀ ਹੈ, ਜੋ ਵੀ ਬਣ ਰਹੀ ਹੈ। ਚਲੋ ਠੀਕ ਹੈ ਜੀ, ਇਹ ਧਿਆਨ ਰੱਖਣੀ ਆ ਆਪਾਂ। ਅਤੇ ਐਜ਼ ਆਫ ਨਾਓ ਇਸ ਟਾਈਮ ਦ ਗ੍ਰੇਟ ਬੁੱਧਾ ਆਫ ਥਾਈਲੈਂਡ ਇਜ਼ ਦ ਟੋਲੈਸਟ ਸਟੈਚੂ ਐਟ 302 ਫਿੱਟ। ਆਹ ਹੈ ਜੀ ਗ੍ਰੇਟ ਬੁੱਧਾ ਆਫ ਥਾਈਲੈਂਡ, ਸਿਟਿੰਗ ਸਟੈਚੂ ਦੀ ਗੱਲ ਹੋ ਰਹੀ ਹੈ, ਵੈਸੇ ਸਭ ਤੋਂ ਟੋਲੈਸਟ ਤਾਂ ਤੁਹਾਨੂੰ ਪਤਾ ਹੀ ਆਪਣਾ ਵਾਲਾ ਹੀ ਹੈ, ਠੀਕ ਹੈ। ਤਾਂ ਜੀ ਦ ਗ੍ਰੇਟ ਬੁੱਧਾ ਆਫ ਥਾਈਲੈਂਡ ਇਸ ਟਾਈਮ ਜਿਹੜਾ ਫਸਟ ਨੰਬਰ 'ਤੇ ਹੈ, ਅਤੇ ਇਸ ਟਾਈਮ ਐਜ਼ ਆਫ ਨਾਓ, ਕਿਉਂਕਿ ਹਜੇ ਜਿਹੜਾ ਆਪਣਾ ਰਾਮਾਨੁਜਾਚਾਰਿਆ ਦਾ ਪੁਤਲਾ ਹੈ ਉਹ ਹਜੇ ਇਨੋਗਰੇਟ ਨਹੀਂ ਹੋਇਆ ਕਿਉਂਕਿ ਪੂਰਾ ਬਣਿਆ ਨਹੀਂ ਹੈ, ਅਤੇ ਇਸ ਟਾਈਮ ਸੈਕਿੰਡ ਨੰਬਰ 'ਤੇ ਹੈ ਇਹ ਵਾਲਾ। ਕੀ ਹੈ ਇਹ, ਗੁਆਨੀਅਨ ਫਿਗਰ ਆਫ ਮਾਊਂਟ ਸ਼ਿਕਿਆਓ ਇਨ ਚਾਈਨਾ ਗੁਆਂਗਡੋਂਗ ਰੀਜਨ। ਇਹ ਹੈ ਜੀ 203 ਫਿੱਟ ਦਾ, ਆਪਣੇ ਵਾਲਾ ਕਿੰਨੇ ਦਾ ਬਣ ਰਿਹਾ, ਆਪਣੇ ਵਾਲਾ ਬਣ ਰਿਹਾ 216 ਦਾ। ਤਾਂ ਆਪਾਂ ਫਸਟ 'ਤੇ ਆ ਜਾਵਾਂਗੇ, ਸੈਕਿੰਡ 'ਤੇ ਆ ਜਾਵਾਂਗੇ ਸੋਰੀ, ਅਤੇ ਫਸਟ 'ਤੇ ਤਾਂ ਇਹੀ ਰਹੂਗਾ ਕਿੰਨੀ ਲੈਂਥ ਉਹਦੀ, ਕਿੰਨੀ ਹਾਈਟ ਉਹਦੀ, ਸੋਰੀ ਕਿੰਨੀ ਹਾਈਟ ਉਹਦੀ, 302 ਫਿੱਟ, 302 ਫਿੱਟ ਫਸਟ 'ਤੇ, 302 ਸੈਕਿੰਡ 'ਤੇ ਹੋ ਜੂਗਾ, 216, ਅਤੇ ਤੀਜੇ 'ਤੇ 203, ਠੀਕ ਹੈ। ਇਹ ਗੱਲਾਂ ਆਪਾਂ ਧਿਆਨ ਰੱਖਾਂਗੇ। ਸੈਕਿੰਡ ਆ ਜੀ, ਫਸਟ ਥਾਈਲੈਂਡ 'ਚੋਂ ਆ ਜੀ, ਹਾਂਜੀ ਉਹੀ ਤਾਂ ਕਿਹਾ ਮੈਂ, ਇਹ ਵਾਲਾ ਥਾਈਲੈਂਡ ਹੈ ਨਾ, ਫਸਟ ਹੈ ਇਹ।
ਤੇ ਐਜ਼ ਆਫ ਨਾਓ ਇਹ ਵਾਲਾ ਗੁਆਂਗਡੋਂਗ ਵਾਲਾ, ਬਟ ਜਿਹੜਾ ਜਦੋਂ ਇੰਡੀਆ ਦਾ ਬਣ ਗਿਆ ਆਪਾਂ ਆ ਜਾਊਂਗੇ ਆਪਾਂ ਸੈਕਿੰਡ ਤੇ। ਠੀਕ ਹੈ ਜੀ, ਜੇ ਇੱਕ ਵਾਰ ਦੇ ਜਾਂਦੇ ਜਾਂਦੇ ਵੀ ਆਪਾਂ ਦੇਖੋ 115-120 ਬੱਚੇ ਆਪਾਂ ਬੈਠੇ ਹਾਂ, ਲਾਈਕ ਆਪਣੇ ਕਹਿੰਦੇ ਸਰ 100 ਵੀ ਨਹੀਂ ਹੋਏ, 100 ਕਰ ਦਿਓ ਲਾਈਕ, ਸਾਰਿਆਂ ਨੂੰ ਗੁਹਾ ਕਰ ਦੇਣਾ ਇੱਕ ਵਾਰ, ਸਾਰੇ ਜਣੇ ਯਾਰ ਸੈਸ਼ਨ ਲਾਈਕ ਕਰ ਦਿਓ, ਆਪਾਂ 100+ ਘੱਟੋ ਘੱਟ ਲਾਈਕ ਤਾਂ ਕਰ ਦਈਏ, ਬੇਨਤੀ ਹੋਇਆ। ਦੇਖੋ ਹੁਣ ਤਾਂ ਸ਼ੇਅਰ ਸ਼ੂਰ ਕਹਿ ਕਹਿ ਕੇ ਤਾਂ ਮੈਂ ਆਪ ਥੱਕ ਗਿਆ। ਚਲੋ, ਸੁਸ਼ਮਿਤਾ ਸੇਨ ਨੂੰ ਮਿਲਿਆ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਵਰਕਿੰਗ ਵੁਮੈਨ ਦਾ ਅਵਾਰਡ ਮਿਲਿਆ। ਸੁਸ਼ਮਿਤਾ ਸੇਨ ਤੁਹਾਨੂੰ ਪਤਾ ਹੋਣਾ ਚਾਹੀਦਾ ਮਿਸ ਯੂਨੀਵਰਸ ਰਹਿ ਚੁੱਕੀ ਹੈ, ਕਦੋਂ 1994 ਦੀ ਗੱਲ ਹੈ। ਤਾਂ ਜੀ ਇਹਨਾਂ ਨੂੰ ਮਿਲਿਆ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਵੁਮੈਨ ਵਰਕਿੰਗ ਵੁਮੈਨ ਅਵਾਰਡ ਮਿਲਿਆ ਇਹਨਾਂ ਨੂੰ। ਕਾਹਦੇ ਲਈ ਮਿਲਿਆ? ਇਹਨਾਂ ਦੇ ਇੱਕ ਹੌਟ ਸਟਾਰ 'ਤੇ ਸੀਰੀਜ਼ ਆਈ ਹੈ ਆਰਿਆ ਸਪੈਸ਼ਲ ਕਰਕੇ। ਕਿਹੜੀ ਸੀਰੀਜ਼ ਆਈ ਹੈ? ਆਰਿਆ, ਆਰਿਆ ਦਾ ਸੀਜ਼ਨ 2, ਬਲਕਿ ਆਰਿਆ ਦਾ ਸੀਜ਼ਨ 2 ਹੈ। ਇਹਦੇ ਵਿੱਚ ਇਹਨਾਂ ਨੂੰ ਮਿਲਿਆ। ਇਹ ਜਿਹੜੇ ਫੈਸਟੀਵਲ ਹੈ, ਫੈਸਟੀਵਲ ਦਾ ਨਾਂ ਇੱਕ ਧਿਆਨ ਰੱਖਣਾ, ਫੈਸਟੀਵਲ ਦਾ ਨਾਂ ਹੋ ਜਾਊਗਾ ਡੀਸੀ ਸਾਊਥ ਏਸ਼ੀਅਨ ਫਿਲਮ ਫੈਸਟੀਵਲ। ਡੀ ਕਿਹੜਾ ਹੈ? ਡੀਸੀ ਸਾਊਥ ਏਸ਼ੀਅਨ ਫਿਲਮ ਫੈਸਟੀਵਲ। ਕਾਹਦੇ ਲਈ? ਫੋਰ ਆਊਟਸਟੈਂਡਿੰਗ ਪਰਫੋਰਮੈਂਸ ਇਨ ਆਰਿਆ 2। ਇਹ ਜਿਹੜਾ ਫੈਸਟੀਵਲ, ਇਹਦੇ ਵਿੱਚ ਕੀ ਹੈ? ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਬਾਂਗਲਾਦੇਸ਼, ਨੇਪਾਲ, ਸ਼੍ਰੀਲੰਕਾ, ਤਿੱਬਤ ਅਤੇ ਭੂਟਾਨ ਦੀਆਂ ਜਿਹੜੀਆਂ ਆਲਟਰਨੇਟਿਵ ਜਿਹੜੀ ਸਿਨੇਮਾ ਹੁੰਦੀ ਹੈ। ਦੇਖੋ ਇੱਕ ਤਾਂ ਸਿਨੇਮਾ ਹੋ ਗਈ, ਮੂਵੀਜ਼ ਹੋ ਗਈ, ਇਹਨੂੰ ਕਿਹਾ ਜਾ ਰਿਹਾ ਆਲਟਰਨੇਟਿਵ ਸਿਨੇਮਾ। ਮਤਲਬ ਕਿ ਵੈਬ ਸੀਰੀਜ਼ ਵਗੈਰਾ ਹੋ ਗਈ ਹੈ ਨਾ, ਟੀਵੀ ਸ਼ੋਜ਼ ਵਗੈਰਾ ਹੋ ਗਏ, ਵੀ ਜ਼ਿਆਦਾ ਘੈਂਟ ਨੇ ਆਲਟਰਨੇਟਿਵ ਸਿਨੇਮਾ, ਬਹੁਤ ਵਧੀਆ ਹੁੰਦੇ ਨੇ, ਉਹਦੇ ਲਈ ਅਵਾਰਡ ਦਿੱਤਾ ਜਾਂਦਾ। ਅਤੇ ਇਹਦੇ ਵਿੱਚ ਮਿਲਿਆ ਜੀ ਸੁਸ਼ਮਿਤਾ ਸੇਨ ਨੂੰ ਆਰਿਆ 2 ਲਈ। ਹੁਣ ਤੁਹਾਡੇ ਲਈ ਗੱਲਾਂ ਇਹ ਧਿਆਨ ਰੱਖਣੀ ਹੈ, ਕਿਉਂਕਿ ਮਿਸ ਯੂਨੀਵਰਸ ਰਹਿ ਚੁੱਕੀ ਹੈ, ਸਾਨੂੰ ਮਿਸ ਯੂਨੀਵਰਸ ਬਾਰੇ ਪਤਾ ਹੋਣਾ ਚਾਹੀਦਾ ਹੈ। ਤਾਂ ਆਹ ਵੇਖੋ ਜੀ, ਹੁਣ ਮਿਸ ਯੂਨੀਵਰਸ, ਤਾਂ ਜੀ ਪਹਿਲੀ ਗੱਲ ਤਾਂ ਸ਼ੁਰੂ ਕਦੋਂ ਤੋਂ ਹੋਏ? 1952 ਤੋਂ ਹੋਏ ਨੇ ਇਹ। ਹੈੱਡਕੁਆਟਰ ਇਹਨਾਂ ਦਾ ਪੈ ਜਾਂਦਾ NYC, ਯਾਨੀ ਕਿ ਨਿਊਯਾਰਕ ਸਿਟੀ ਵਿੱਚ। ਅਤੇ ਇਹਦੇ ਜਿਹੜੇ ਪ੍ਰੈਜੀਡੈਂਟ ਨੇ, ਪ੍ਰੈਜੀਡੈਂਟ ਆ, ਮੈਨੂੰ ਪਤਾ ਅੱਜ ਤੱਕ ਕਿਸੇ ਨੇ ਨਹੀਂ ਕਰਾਇਆ ਹੋਊਗਾ, ਬਟ ਸਵਾਲ ਦੇਖੋ ਇੱਕ ਅੱਧਾ ਪੈ ਸਕਦਾ। ਮੈਂ ਨਹੀਂ ਚਾਹੁੰਦਾ ਆਪਾਂ ਕੁਛ ਵੀ ਛੱਡ ਕੇ ਜਾਈਏ, ਤਾਂ ਆਪਾਂ ਸਭ ਕੁਛ ਕਰਾ ਦੇਣਾ। ਦੇਖੋ ਮੈਂ ਗਰੰਟੀ ਕਹਿੰਦਾ ਕਿਸੇ ਨੇ ਨਹੀਂ ਕਰਾਇਆ ਹੋਊਗਾ, ਤਾਂ ਇੱਕ ਵਾਰ ਹੁਣ ਸ਼ੇਅਰ ਬਣਦਾ, ਆਪਾਂ 9 ਵਜੇ ਜਾਂਦੇ ਜਾਂਦੇ ਆਪਾਂ ਸ਼ੇਅਰ ਕਰ ਦਿਓ ਕਲਾਸ ਨੂੰ। ਤਾਂ ਕਿੰਨੇ ਅਵਾਰਡ ਹੁੰਦੇ ਨੇ ਇਹ ਜਿਹੜੇ ਮਿਸ ਯੂਨੀਵਰਸ ਜਿਹੜਾ ਪੇਜੈਂਟ ਦਿੰਦਾ? ਆਹ ਦੇਖ, ਇੱਕ ਦਿਨ ਦਾ ਮਿਸ ਵਰਲਡ ਦਿੰਦੇ ਆ ਇਹ, ਇੱਕ ਮਿਸ ਇੰਟਰਨੈਸ਼ਨਲ ਦਿੰਦੇ ਆ ਇਹ, ਇੱਕ ਮਿਸ ਅਰਥ ਦਿੰਦੇ ਆ, ਅਤੇ ਇੱਕ ਮਿਸ ਯੂਨੀਵਰਸ ਦਿੰਦੇ ਆ। ਤਾਂ ਜੀ ਟੋਟਲ ਇਹ 4 ਅਵਾਰਡ ਦਿੰਦੇ ਆ। ਸਾਨੂੰ ਕਿਹੜਾ ਪਤਾ ਹੁੰਦਾ? ਸਾਨੂੰ ਪਤਾ ਹੁੰਦਾ ਮਿਸ ਵਰਲਡ ਅਤੇ ਮਿਸ ਯੂਨੀਵਰਸ, ਬਾਕੀ ਸਾਨੂੰ ਨਹੀਂ ਪਤਾ ਹੁੰਦਾ, ਹੈ ਨਾ? ਕਿੱਥੇ ਹੈਲਡ ਕੀਤੇ ਜਾ ਰਹੇ ਨੇ? ਇਹ USA ਵਿੱਚ ਹੀ ਹੁੰਦੇ ਨੇ, ਹਮੇਸ਼ਾ ਇਹ ਅਮੈਰੀਕਾ ਵਿੱਚ ਹੀ ਹੁੰਦੇ ਨੇ। ਠੀਕ ਹੈ, ਹੁਣ ਦੇਖੋ ਇਹ ਤੁਹਾਡੇ ਲਈ ਆ ਗਈ ਗੱਲ, ਮਿਸ ਯੂਨੀਵਰਸ ਕੌਣ ਕੌਣ ਬਣਿਆ? ਇੰਡੀਆ ਤੋਂ ਪਹਿਲੀ ਵਾਰੀ ਮਿਸ ਯੂਨੀਵਰਸ ਬਣਿਆ, ਸੋਰੀ ਮਿਸ ਵਰਲਡ ਬਣੀ ਸੁਸ਼ਮਿਤਾ ਸੇਨ, ਫਿਰ ਸੋਰੀ ਗਲਤੀ ਹੋ ਗਈ ਥੋੜ੍ਹੀ ਜਿਹੀ, ਹੈ ਨਾ? ਤਾਂ ਜੀ ਮਿਸ ਯੂਨੀਵਰਸ ਪਹਿਲੀ ਵਾਰ ਕੌਣ ਬਣਿਆ ਸੀ? ਐਸ਼ਵਰਿਆ ਰਾਏ ਬਣੀ ਸੀ। ਫਿਰ 94 ਵਿੱਚ ਐਸ਼ਵਰਿਆ ਰਾਏ, 99 ਵਿੱਚ ਲਾਰਾ ਦੱਤਾ, ਅਤੇ 2021 ਵਿੱਚ ਹਰਨਾਸ ਸੰਧੂ। ਇਹ ਤਾਂ ਰੀਸੈਂਟਲੀ ਬਣੀ ਹੈ, ਤਾਂ ਸਾਡੇ ਲਈ ਇੰਪੋਰਟੈਂਟ ਹੋ ਜਾਂਦੀ ਹੈ। ਸਾਡੇ ਹੁਣ ਤੱਕ ਟੋਟਲ 3 ਮਿਸ ਯੂਨੀਵਰਸ ਬਣ ਚੁੱਕੀ ਹੈ, ਐਸ਼ਵਰਿਆ ਰਾਏ, ਲਾਰਾ ਦੱਤਾ ਅਤੇ ਹਰਨਾਸ ਸੰਧੂ। ਹੁਣ ਮਿਸ ਯੂਨੀਵਰਸ ਦੀ ਗੱਲ ਕਰੀਏ, ਮਿਸ ਯੂਨੀਵਰਸ ਸੀ। ਹੁਣ ਮਿਸ ਵਰਲਡ ਦੀ ਗੱਲ ਕਰੀਏ, ਮਿਸ ਵਰਲਡ ਤਾਂ ਆਪਾਂ ਬਹੁਤ ਵਾਰ ਜਿੱਤ ਚੁੱਕੇ ਹਾਂ। ਮੈਨੂੰ ਪਤਾ ਤੁਹਾਨੂੰ ਨਾਂ ਕਿਹਨਾਂ ਦੇ ਪਤਾ ਹੋਣਾ, ਤੁਹਾਨੂੰ ਪਤਾ ਹੁੰਦਾ ਜੀ, ਆਹ ਦੋਨੇ ਫਸੇ, ਐਸ਼ਵਰਿਆ ਰਾਏ ਲਿਖਤਾ ਮੈਂ, ਸੋਰੀ, ਇੱਕ ਕਰੈਕਸ਼ਨ ਕਰੈਕਸ਼ਨ ਇੱਕ ਕਰੈਕਸ਼ਨ ਇੱਕ ਕਰੈਕਸ਼ਨ ਹੈ ਇੱਥੇ, ਕਰੈਕਸ਼ਨ ਕਰੈਕਸ਼ਨ ਕਰੈਕਸ਼ਨ, ਹਾਂਜੀ ਹਾਂਜੀ, ਕਰੈਕਸ਼ਨ ਕਰੈਕਸ਼ਨ, ਸੁਸ਼ਮਿਤਾ ਸੇਨ ਹੈ ਇੱਥੇ। ਮੈਂ ਵੀ ਕਹੂੰ ਕੁਛ ਤਾਂ ਗੜਬੜ ਲੱਗ ਰਹੀ ਹੈ ਮੈਨੂੰ, ਜਿੱਦਾਂ ਤੱਕ ਮੈਂ ਪੜ੍ਹਿਆ ਹੋਇਆ ਸੀ ਇਹ ਸਿਰਫ ਵੁਮੈਨ ਦੇ ਹੁੰਦੇ, ਮੈਨ ਦਾ ਕਿਉਂ ਨਹੀਂ ਹੁੰਦਾ? ਹੁੰਦੇ ਆ ਮਿਸਟਰ ਵਰਲਡ, ਬਟ ਉਹ ਪਤਾ ਕੀ ਚੱਲ ਜਾਂਦੇ, 2017 ਪਤਾ ਨਹੀਂ 18 ਵਿੱਚ ਇੱਕ ਮੁੰਡਾ, ਇੱਕ ਰੋਹਿਤ ਖੰਡੇਲਵਾਲ, ਉਹ ਬਣਿਆ ਸੀ ਮਿਸਟਰ ਵਰਲਡ। ਬਟ ਇਹਨਾਂ ਦਾ ਇੱਕ ਉਹ ਨਹੀਂ ਹੈ, ਜਿੱਦਾਂ ਕਿ ਕੋਈ ਐਸੋਸੀਏਸ਼ਨ ਹੋ ਗਈ ਨਾ, ਇੱਕ ਐਸੋਸੀਏਸ਼ਨ ਨਹੀਂ ਕਰਾ ਰਹੀ, ਚੱਕਰ ਇਹ ਪੈਂਦਾ ਮੁੰਡਿਆਂ ਦਾ, ਤਾਂ ਅੱਡ ਅੱਡ ਹੁੰਦੇ ਆ। ਤਾਂ ਜੀ 94 ਸੁਸ਼ਮਿਤਾ ਸੇਨ, 99 ਲਾਰਾ ਦੱਤਾ, ਅਤੇ 2021 ਹਰਨਾਸ ਸੰਧੂ। ਅਤੇ ਮਿਸ ਵਰਲਡ ਦੀ ਗੱਲ ਕਰੀਏ ਤਾਂ ਮਿਸ ਵਰਲਡ ਤਾਂ ਆਪਾਂ ਬਹੁਤ ਵਾਰ ਜਿੱਤ ਚੁੱਕੇ ਹਾਂ। 1966 ਰੀਤਾ ਫੈਰਾ, ਰੀਤਾ ਫਾਰੀਆ, ਇਹ ਕੋਈ ਵੀ ਕਿ ਜਿੱਦਾਂ ਕਿ ਇੰਡੀਆ ਵਿੱਚੋਂ ਕਿਸੇ ਨੇ ਵੀ ਕੋਈ ਇੰਟਰਨੈਸ਼ਨਲ ਟਾਈਟਲ ਜਿੱਤਿਆ ਹੋਵੇ, ਇਹ ਫਸਟ ਵੁਮੈਨ ਸੀ, ਫਸਟ ਵੁਮੈਨ ਟੂ ਵਿਨ ਐਨੀ ਇੰਟਰਨੈਸ਼ਨਲ ਟਾਈਟਲ। ਇਹਨਾਂ ਤੋਂ ਪਹਿਲਾਂ ਕੋਈ ਮਿਸ ਵਰਲਡ ਨਹੀਂ, ਕੋਈ ਮਿਸ ਯੂਨੀਵਰਸ ਨਹੀਂ, ਮਿਸ ਅਰਥ, ਮਿਸ ਯੇ ਵੋ ਫਲਾਣਾ, ਮਿਸ ਕੁਛ ਨਹੀਂ ਬਣੀ ਸੀਗੀ। ਰੀਤਾ ਫਾਰੀਆ ਪਹਿਲੀ ਸੀ। 94 ਵਿੱਚ ਐਸ਼ਵਰਿਆ ਰਾਏ, 97 ਵਿੱਚ ਡਾਇਨਾ ਹੇਡਨ, 99 ਵਿੱਚ ਯੁਕਤਾ ਮੁਖੀ, 2000 ਵਿੱਚ ਪ੍ਰਿਯੰਕਾ ਚੋਪੜਾ, ਅਤੇ 2017 ਵਿੱਚ ਰੀਸੈਂਟਲੀ ਹੁਣੇ ਮਾਨੁਸ਼ੀ ਛਿੱਲਰ ਹਰਿਆਣਾ ਤੋਂ, ਹੈ ਨਾ? ਠੀਕ ਹੈ, ਇਹ ਗੱਲ ਆਪਾਂ ਧਿਆਨ ਰੱਖਣੀ ਹੈ। ਨਹੀਂ ਨਹੀਂ ਜਿਮੀ ਟੀ ਨਾ, ਇਹ ਦੇਖਣ ਦੀ ਲੋੜ ਨਹੀਂ, ਪੁਰਾਣਾ ਸਵਾਲ ਹੋ ਗਿਆ, ਮੈਂ ਤਾਂ ਵੈਸੇ ਦੱਸਿਆ। ਠੀਕ ਹੈ, ਇਹ ਗੱਲਾਂ ਆਪਾਂ ਧਿਆਨ ਰੱਖਾਂਗੇ। ਤਾਂ ਜੀ ਅੱਜ ਦਾ ਇਹ ਲਾਸਟ ਹੈ। ਤਾਂ ਜੀ ਬੁੱਕ ਟਾਈਟਲ ਦ ਲੈਜੈਂਡ ਆਫ ਬਿਰਸਾ ਮੁੰਡਾ, ਇਹ ਔਥਰ ਕੀਤੀ ਹੈ ਤੁਹਿਨ ਇਹ ਸਿਨਹਾ ਮੁੰਡਾ, ਆ ਰਹੀ ਅੰਕਿਤਾ ਵਰਮਾ। ਇਹ ਨੇ ਜੀ ਮਹਾਰਾਸ਼ਟਰ ਦੇ ਗਵਰਨਰ ਹੁੰਦੇ ਨੇ ਇਹ, ਭਗਤ ਸਿੰਘ ਕੋਸ਼ਿਆਰੀ, ਇਹਨਾਂ ਨੇ ਇਹ ਰਿਲੀਜ਼ ਕੀਤੀ ਹੈ। ਭਗਤ ਸਿੰਘ ਕੋਸ਼ਿਆਰੀ, ਇਹਨਾਂ ਨੇ ਇਹ ਰਿਲੀਜ਼ ਕੀਤੀ ਹੈ। ਤਾਂ ਜੀ ਬਿਰਸਾ ਮੁੰਡਾ ਕੌਣ ਹੈ? ਬਿਰਸਾ ਮੁੰਡਾ ਕੌਣ ਹੈ? ਬਿਰਸਾ ਮੁੰਡਾ ਇੱਕ ਟ੍ਰਾਈਬਲ ਲੀਡਰ ਸੀਗਾ। ਆ ਲਓ ਜੀ, ਆਹ ਪੜ੍ਹੋ ਬਲਕਿ
ਯੰਗਾ ਨਾ ਬਿਰਸਾ ਮੁੰਡਾ ਇੱਕ ਟ੍ਰਾਈਬਲ ਲੀਡਰ ਸੀਗਾ। ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੀ ਡੈਥ ਹੋ ਗਈ ਸੀ 1909 ਵਿੱਚ ਹੋਈ ਸੀ, ਸ਼ਾਇਦ ਕੋਲੇਰਾ ਹੋ ਗਿਆ ਸੀ ਇਹਨਾਂ ਨੂੰ। ਠੀਕ ਹੈ ਜੀ, ਬਿਰਸਾ ਮੁੰਡਾ ਦ ਲੈਸਰ ਨੋਨ ਫਰੀਡਮ ਫਾਈਟਰ ਆਫ ਇੰਡੀਆ ਡਾਈਡ ਔਨ 9 ਜੂਨ 1900 ਨੂੰ ਫਾਈਟਿੰਗ ਅਗੇਂਸਟ ਦ ਬ੍ਰਿਟਿਸ਼। ਤਾਂ ਜੀ ਇੱਕ ਟ੍ਰਾਈਬਲ ਲੀਡਰ ਸੀਗਾ, ਹੋਇਆ ਕੀ ਇਹਦੇ ਨਾਲ ਦੇਖੋ, ਹੁਣ ਗੋਰੇ ਆ ਗਏ, ਗੋਰਿਆਂ ਨੇ ਕੀ ਕੀਤਾ ਸਾਡੇ ਉੱਤੇ ਪ੍ਰਭਾਵ ਬਹੁਤ ਪਾਇਆ ਹੈ ਨਾ, ਗੋਰਿਆਂ ਨੇ ਸਾਨੂੰ ਕਨਵਰਟ ਵੀ ਕਰਨਾ ਸ਼ੁਰੂ ਕਰਤਾ। ਬਟ ਅੱਗੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ, ਜਿਹੜੇ ਬਿਰਸਾ ਮੁੰਡਾ ਜੀ ਸੀਗੇ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਇਹਨਾਂ ਦੇ ਸਟ੍ਰੈਟੇਜੀ ਚੱਲੀ ਹੋਈ ਹੈ ਵੀ ਟ੍ਰਾਈਬਲ ਲੋਕਾਂ ਨੂੰ ਆਪਾਂ ਕਨਵਰਟ ਕਰਕੇ ਆਪਾਂ ਗੋਰਿਆਂ ਵੱਲ ਮੜਾ ਲਈਏ। ਤਾਂ ਇਹਨਾਂ ਨੇ ਇੱਕ ਆਪਣਾ ਹੀ ਧਰਮ ਸ਼ੁਰੂ ਕਰਤਾ ਬਿਰਸੈਤ ਕਰਕੇ। ਬਿਰਸੈਤ ਜੇ ਤੁਸੀਂ ਕਿਤੇ ਪੜੋਗੇ ਇਹਨੂੰ, ਇਹਨਾਂ ਨੂੰ ਕਿਹਾ ਜਾਂਦਾ ਭਗਵਾਨ ਬਿਰਸਾ ਮੁੰਡਾ ਕਿਹਾ ਜਾਂਦਾ ਕਈ ਜਗ੍ਹਾ। ਕਿਉਂ? ਕਿਉਂਕਿ ਇਹਨਾਂ ਨੇ ਆਪਣਾ ਧਰਮ ਸ਼ੁਰੂ ਕਰਤਾ ਸੀ ਜਿਹਨਾਂ ਨੂੰ ਕਹਿੰਦੇ ਸੀ ਇਹ ਬਿਰਸੈਤ ਕਹਿਣ ਲੱਗੇ ਸੀ ਇਹ। ਤੇ ਵੈਸੇ ਤਾਂ ਇਹ ਵੀ ਸਟਾਰਟਿੰਗ ਵਿੱਚ ਕਹਿੰਦੇ ਕਨਵਰਟਿਡ ਟੂ ਕ੍ਰਿਸਚੈਨਿਟੀ ਇਨ ਆਰਡਰ ਟੂ ਜੁਆਇਨ ਦ ਜਰਮਨ ਮਿਸ਼ਨਰੀ ਸਕੂਲ। ਇਹਨਾਂ ਨੇ ਜਦੋਂ ਜਰਮਨ ਮਿਸ਼ਨਰੀ ਸਕੂਲ ਜੁਆਇਨ ਕਰਨਾ ਸੀ ਕ੍ਰਿਸਚੈਨਿਟੀ ਕਨਵਰਟ ਕਰ ਲਿਆ ਸੀ, ਬਟ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਨਹੀਂ, ਦੇਖੋ ਬ੍ਰਿਟਿਸ਼ ਬਸਤੀਵਾਦੀ ਸ਼ਾਸਕ ਅਤੇ ਮਿਸ਼ਨਰੀਆਂ ਦੁਆਰਾ ਆਦਿਵਾਸੀਆਂ ਨੂੰ ਈਸਾਈ ਬਣਾਉਣ ਦੇ ਯਤਨਾਂ ਤੋਂ ਜਾਣੂ ਹੋ ਕੇ ਇਹਨਾਂ ਨੇ ਬਿਰਸੈਤ ਦਾ ਵਿਸ਼ਵਾਸ ਸ਼ੁਰੂ ਕਰਤਾ। ਇਹਨਾਂ ਨੇ ਆਪਣਾ ਹੀ ਇੱਕ ਫੇਥ ਸ਼ੁਰੂ ਕਰਤੀ ਬਿਰਸੈਤ। ਜਨਮ ਹੋਇਆ ਸੀ ਇਹਨਾਂ ਦਾ ਕਦੋਂ? ਨਵੰਬਰ 15, 1875 ਨੂੰ। ਦੇਖਿਆ 100 ਤੋਂ ਥੱਲੇ ਡਿੱਗੇ, ਮੈਨੂੰ ਪਤਾ, ਕਹਿੰਦੇ ਸਰ ਤੁਸੀਂ ਦਿਖ ਵੀ ਨਹੀਂ ਰਹੇ, ਠੀਕ ਹੈ ਆਵਾਜ਼ ਅੱਡ ਆ ਰਹੀ ਹੈ। ਦੇਖੋ ਜੀ ਅੱਜ ਲਈ ਸਾਰਿਆਂ ਨੂੰ ਸੋਰੀ, ਦੁਬਾਰੇ ਕਹਿ ਰਹੇ ਤਾਂ ਇੱਕ ਵਾਰ, 5ਵੀਂ 6ਵੀਂ ਵਾਰ ਕਹਿ ਰਹੇ, ਅੱਜ ਮੈਂ ਐਕਚੁਅਲੀ ਸਿਸਟਮ ਚੇਂਜ ਕੀਤਾ, ਲੈਪਟਾਪ ਚੇਂਜ ਕੀਤਾ ਮੈਂ, ਤਾਂ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, ਤਾਂ ਕਰਕੇ ਜਿਹੜੀ ਬੈਕਗਰਾਊਂਡ 'ਚ ਆਵਾਜ਼ ਆ ਰਹੀ ਹੈ ਇਹ ਵੀ ਤਾਂ ਹੀ ਆ ਰਹੀ ਹੈ। ਚਲੋ ਤਾਂ ਜੀ ਇਹ ਗੱਲਾਂ ਆਪਾਂ ਯਾਦ ਰੱਖਾਂਗੇ। ਨਵੰਬਰ 15 ਇਹਨਾਂ ਦਾ ਜਨਮ ਹੋਇਆ ਸੀ, 15 ਹੀ ਹੈ ਨਾ, ਨਵੰਬਰ 15 ਜਨਮ ਹੋਇਆ ਸੀ ਬਿਲਕੁਲ। ਅਤੇ 9 ਜੂਨ 1900 ਨੂੰ ਇਹਨਾਂ ਦੀ ਡੈਥ ਹੋ ਗਈ। ਅਤੇ ਇੱਕ ਬਿਰਸਾ ਮੁੰਡਾ ਏਅਰਪੋਰਟ ਵੀ ਇਹਨਾਂ ਦੇ ਨਾਂ 'ਤੇ ਬਣਾਇਆ ਹੋਇਆ ਕਿ ਐਂਡ ਹਿਸ ਏਅਰਪੋਰਟ ਹੈਂਗਸ ਇਨ ਦਾ ਸੈਂਟਰਲ ਹਾਲ ਆਫ ਦਾ ਇੰਡੀਅਨ ਪਾਰਲੀਮੈਂਟ। ਜਿਹੜਾ ਇੰਡੀਅਨ ਪਾਰਲੀਮੈਂਟ ਹੈ ਉਹਦੇ ਵਿੱਚ ਇਹਨਾਂ ਦਾ ਫੋਟੋ ਲੱਗੀ ਹੋਈ ਹੈ, ਅਤੇ ਇਕਲੌਤੇ ਇਕੱਲੇ ਇਹੀ ਟ੍ਰਾਈਬਲ ਲੀਡਰ ਨੇ ਜਿਹਨਾਂ ਦੀ ਉੱਥੇ ਫੋਟੋ ਲੱਗੀ ਹੋਈ ਹੈ, ਇਹ ਆਪਾਂ ਗੱਲਾਂ ਧਿਆਨ 'ਚ ਰੱਖਾਂਗੇ। ਕਹਿੰਦੇ ਕੋਲਰਾ ਤਾਂ ਹੋਈ ਹੈ ਮੌਤ, ਕਈ ਕੋਈ ਕਹਿੰਦੇ ਵੀ ਮਿਸਟੀਰੀਅਸਲੀ ਹੋਈ ਹੈ, ਬਟ ਕੋਲਰਾ ਤੋਂ ਹੀ ਕਿਹਾ ਜਾਂਦਾ ਹੈ। ਅਤੇ ਭਗਵਾਨ ਬਿਰਸਾ ਮੁੰਡਾ ਝਾਰਖੰਡ ਛੱਤੀਸਗੜ੍ਹ ਦੀ ਬੈਡ ਤੋਂ ਸੀਗੇ। ਠੀਕ ਹੈ ਜੀ, ਤਾਂ ਜੀ ਅੱਜ ਆਪਾਂ ਇੱਥੇ ਰੈਪ ਅਪ ਕਰਦੇ ਹਾਂ। ਤਾਂ ਜੀ ਇੱਕ ਦੋ ਕੁਛ ਸਵਾਲ ਰਹਿ ਗਏ ਨੇ, ਥੋੜ੍ਹੇ ਬਹੁਤ ਹੀ ਰਹਿ ਗਏ ਨੇ, 2 ਕਰੰਟ ਅਫੇਅਰ ਰਹਿ ਗਏ ਨੇ, ਉਹ ਆਪਾਂ ਚਲੋ ਕੱਲ੍ਹ ਕਰਾਂਗੇ। ਅਤੇ ਬਾਕੀ ਤੁਹਾਡੇ ਲਈ ਅਖੀਰ ਮੌਕਾ 28 ਜਨਵਰੀ ਤੋਂ, ਤੁਹਾਨੂੰ ਪਤਾ ਹੀ ਹੈ PPSC ਕੋਆਪਰੇਟਿਵ ਇੰਸਪੈਕਟਰ ਅਤੇ ਨਾਇਬ ਤਹਿਸੀਲਦਾਰ ਦੇ ਬੈਚ ਸ਼ੁਰੂ ਹੋ ਰਹੇ ਨੇ। ਕਰੰਟ ਅਫੇਅਰ ਤਾਂ ਉਹਦੇ ਵਿੱਚ ਮੈਂ ਕਰਾਊਂਗਾ, ਜੇ ਤੁਹਾਨੂੰ ਲੱਗਦਾ ਵਧੀਆ ਮੈਂ ਕਰਾਉਂਦਾ, ਤੁਸੀਂ ਮੇਰੇ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ ਜੀ ਆਪਣੀ ਪੜ੍ਹਾਈ ਨੂੰ ਇਹ ਲਾਸਟ ਵਾਲੇ ਜਿਹੜੇ ਫਾਈਨਲ ਟੱਚਿਸ ਦੇਣ ਲਈ ਇਹ ਵਾਲੇ ਬੈਚ ਨੇ, ਤੁਸੀਂ ਬਾਏ ਕਰ ਸਕਦੇ ਹੋ। 28 ਜਨਵਰੀ ਤੋਂ ਸ਼ੁਰੂ ਹੋ ਰਿਹਾ ਇਹ, ਅਤੇ ਕੋਡ ਯੂਜ਼ ਕਰ ਲਓ Y383Y383 78% ਲਈ ਡਿਸਕਾਊਂਟ ਲਈ। ਉੱਥੇ ਕੋਡ ਹੁੰਦੇ ਤੁਸੀਂ ਲਾ ਲੈਂਦੇ ਹੋ 75 ਦਿਨ ਦਾ, ਆਪਾਂ ਜਿਹੜਾ ਇਹ ਹੈ Y383 ਤੁਹਾਨੂੰ 78 ਦਊਗਾ। ਬਾਕੀ ਕੋਈ ਜੇ ਸਿਰਫ ਕਰੰਟ ਅਫੇਅਰ ਪੜ੍ਹਨਾ ਚਾਹੁੰਦਾ ਹੋਵੇ ਵੀ ਕਹਿੰਦੇ ਸਰ ਮੈਂ ਕਰ ਲੂੰਗਾ ਰੀਜਨਿੰਗ ਪੋਲੀਟੀ ਹਿਸਟਰੀ, ਤਾਂ ਕਰੰਟ ਅਫੇਅਰ ਲਈ ਇਹ ਅੱਡ ਤੋਂ ਬੈਚ ਆ, ਸੂਰਮਾ ਬੈਚ ਹੈ ਇਹ ਜੀ। ਪਿਛਲੇ ਸਾਲ ਮਈ ਤੋਂ ਲੈ ਕੇ ਇਸ ਸਾਲ ਫਰਵਰੀ ਤੱਕ ਦੇ ਮੈਂ ਤੁਹਾਨੂੰ ਪੂਰੇ ਕਰੰਟ ਅਫੇਅਰ ਕਰਾਊਂਗਾ, ਉਹ ਟੈਨਸ਼ਨ ਕੋਈ ਨਹੀਂ ਲੈਣੀ। ਅਤੇ ਇਹਦੇ ਅੰਦਰ ਮੈਂ ਜ਼ਿਆਦਾ ਬੱਚੇ ਨਹੀਂ ਲੈਣੇ, ਆਪਾਂ 40-45 ਬੱਚੇ ਲੈਣੇ। ਅੱਡ ਤੋਂ ਆਪਾਂ ਇੱਕ ਗਰੁੱਪ ਬਣਾਉਣਾ ਆਪਣਾ, ਅਤੇ ਆਪਾਂ ਪਰਸਨਲ ਟੱਚ ਵਿੱਚ ਰਹਿਣਾ ਚਾਹੁੰਦਾ ਇਹਨਾਂ ਦੇ ਮੈਂ ਵੀ, ਆਪਾਂ ਕਿੱਦਾਂ ਤਿਆਰੀ ਕਰਾਂਗੇ। ਅਤੇ ਬਾਕੀ ਬੈਚ ਤੁਹਾਨੂੰ ਪਤਾ ਹੀ ਹੈ, ਜੇ ਇਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈ, ਮਾਸਟਰ ਕਾਡਰ ਦਾ ਬੈਚ ਵੀ ਹੈ। ਹਾਂਜੀ, ਤਾਂ ਜੀ ਪੰਜਾਬੀ ਸੋਸ਼ਲ ਸਾਇੰਸ ਅਤੇ ਮੈਥ, ਪੰਜਾਬੀ ਸੋਸ਼ਲ ਸਾਇੰਸ ਅਤੇ ਮੈਥ, ਕਿਸੇ ਨੇ ਤਿਆਰੀ ਕਰਨੀ ਹੋਵੇ, ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰਦਿਆਂ ਨੇ, ਉਹਨਾਂ ਨੂੰ ਵੀ ਦੱਸ ਦਿਓ ਇਹਦਾ ਵੀ ਬੈਚ ਪਿਆ ਹੈ, ਉੱਦਾਂ ਹੀ ਬਾਏ ਕਰਨਾ ਤੁਸੀਂ। ਅਤੇ ਬਾਕੀ ਮਹਾਂਪੈਕ ਤਾਂ ਹੈ ਹੀ ਹੈ ਵੀ ਸਾਰਾ ਕੁਝ ਤੁਸੀਂ ਇਕੱਠਾ ਲੈਣਾ ਹੋਵੇ 1 ਸਾਲ ਤੱਕ ਸਭ ਕੁਝ ਫਰੀ, ਤਾਂ ਇਹ ਮਹਾਂਪੈਕ ਹੁੰਦਾ। ਠੀਕ ਹੈ, PDF ਤੁਹਾਨੂੰ ਥੋੜ੍ਹੀ ਦੇਰ 'ਚ ਮਿਲ ਜੂਗੀ, ਅਤੇ ਸ਼ਾਮੀ 4 ਵਜੇ ਮਿਲਦੇ ਹਾਂ, ਹੈ ਨਾ। ਚਲੋ ਜੀ, ਸਤਿ ਸ਼੍ਰੀ ਅਕਾਲ, ਆਲ ਦਾ ਬੈਸਟ।